Lodi. Ja, was? Uriye. Hadi. Aşağı. Ekmek. Lodi. Al. Çalo. Lodi. Aage. Yara da yar. Sachin Ahuja. The Sakhtri. Sachin. Duja. 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 Chalo Aage ek bari phir. Current history create. ਆ ਗਿਆ ਬਾਇਸ ਆਫ ਪੰਜਾਬ ਸੀਜ਼ਨ 8 ਅੱਛਾ ਭਾਜੀ ਮੇਨ ਕੰਮ ਕਰ ਲਈ ਜਿਹੜਾ ਸਭ ਤੋਂ ਔਖਾ ਤੇ ਲੋ ਜੀ ਟਾਈਟਲ ਸਪਾਂਸਰ ਨੇ KUV 100 ਕੋ ਪ੍ਰੈਜੈਂਟਡ ਬਾਈ ਕੋਲਗੇਟ ਵੇਦ ਸ਼ਕਤੀ ਵੇਦ ਔਰ ਵਿਗਿਆਨ ਦਾ ਪਰਫੈਕਟ ਸੰਗਮ ਤੇ ਗੋਦਰੇਜ ਈਜ਼ੀ ਲਿਕਵਿਡ ਡਿਟਰਜੈਂਟ ਪਾਵਰਡ ਬਾਈ ਫੇਅਰ ਐਂਡ ਲਵਲੀ ਐਡਵਾਂਸਡ ਮਲਟੀ ਵਿਟਾਮਿਨ ਐਸੋਸੀਏਟ ਸਪਾਂਸਰਸ ਨੇ ਵੈਦਿਆਨਾਥ ਮਹਾ ਵਰਿੰਗਰਾਜ ਤੇਲ ਅਸਲੀ ਆਯੁਰਵੇਦਾ ਤੇ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਤੇ ਨਾਲ ਦੀ ਨਾਲ ਖੁਸ਼ਖਬਰੀ ਦੇ ਦਈਏ ਕਿ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਵੱਲੋਂ ਵਿਨਰ ਨੂੰ ਮਿਲੇਗਾ 2 ਦਿਨ ਦਾ ਦੁਬਈ ਦਾ ਟੂਰ ਤੇ ਨਾਲ ਉਹ ਕਿਸੇ ਨੂੰ ਲੈ ਕੇ ਵੀ ਜਾ ਸਕਦਾ ਮੇਰੇ ਬਾਰੇ ਸੋਚ ਲਿਓ ਫਿਰ ਹੈ ਚਲੋ ਜੀ ਮੁਕਾਬਲਾ ਪਹੁੰਚ ਗਿਆ ਚੌਥੇ ਦੌਰ 'ਚ ਤੇ ਚੌਥਾ ਦੌਰ ਹੋਏਗਾ ਰਿਸ਼ਤੇ ਸਪੈਸ਼ਲ ਦੌਰ ਤੇ ਸਚਿਨ ਭਾਜੀ ਨਾਲ ਮੇਰਾ ਕਿੰਨਾ ਖਾਸ ਰਿਸ਼ਤਾ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਬਸ ਇਹੀ ਰਿਸ਼ਤਾ ਮੈਨੂੰ ਇੱਥੇ ਖਿੱਚ ਲਿਆ ਆ ਸਤਿ ਸ਼੍ਰੀ ਅਕਾਲ ਸਚਿਨ ਭਾਜੀ ਸਤਿ ਸ਼੍ਰੀ ਅਕਾਲ ਦੂਜਾ ਸਾਹਿਬ ਮੈਂ ਇੱਕੋ ਹੀ ਗੱਲ ਕਹੂੰਗਾ ਆ ਲੈ ਚੱਕ ਮੈਂ ਆ ਗਿਆ ਆ ਲੈ ਚੱਕ ਮੈਂ ਆ ਗਿਆ ਜੇ ਨਾ ਵੀ ਚੱਕੀਏ ਤਾਂ ਵੀ ਪਤਾ ਹੈ ਕਿ ਵੀ ਤੂੰ ਆ ਹੀ ਗਿਆ ਪਰ ਆ ਦੂਜੇ ਕਿੱਥੇ ਆ ਦੋਨੋਂ ਸਾਹਿਲ ਤੇ ਆਪਣਾ ਗੁਰਜੀਤ ਉਹ ਭਾਜੀ ਹੁਣ ਕੀ ਦੱਸਾਂ ਤੁਹਾਨੂੰ ਮੈਂ ਜਨਰਲ ਨੇ ਕਦੋਂ ਤੱਕ ਸਹਿਣਾ ਸੀ ਬਸ ਮੈਨੂੰ ਫੋਨ ਕੀਤਾ ਉਹਨਾਂ ਨੇ ਕਹਿੰਦੇ ਵੀ ਆਪ ਕਿਸ ਕੇ ਸਾਥ ਕੰਫਰਟੇਬਲ ਹੋ ਮੈਂ ਤਾਂ ਮੈਂ ਇਕੱਲੇ ਕੰਫਰਟੇਬਲ ਹਾਂ ਹਾਂ ਇਹਨਾਂ ਦੋਨਾਂ ਨੂੰ ਘਰ ਭੇਜ ਦਿਓ ਬਸ ਫਿਰ ਕੀ ਸੀ ਭੇਜਤਾ ਘਰ ਭੇਜਤਾ ਸਤਿ ਸ਼੍ਰੀ ਅਕਾਲ ਪੂਜਾ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੰਗ ਤਾਂ ਨਹੀਂ ਕਰਦਾ ਹੁਣ ਜੀਜੂ ਨੇ ਤਾਂ ਬਿਲਕੁਲ ਨਹੀਂ ਤੰਗ ਕੀਤਾ ਪਰ ਤੁਸੀਂ ਬਹੁਤ ਤੰਗ ਕੀਤਾ ਮੇਰੇ ਬਾਰੇ ਗੱਲ ਹੋਈ ਹੈ ਬਿਲਕੁਲ ਮੈਨੂੰ ਕਈ ਵਾਰ ਘੱਟ ਦੇਖਦਾ ਨਾ ਨਹੀਂ ਨਹੀਂ ਬਹੁਤ ਤੰਗ ਕਰ ਰਹੇ ਹੋ ਨਾਲੇ ਤੁਸੀਂ ਸਚਿਨ ਜੀ ਨੂੰ ਕਿਹਾ ਕਿ ਆ ਲੈ ਚੱਕ ਮੈਂ ਆ ਗਿਆ ਹਾਂ ਜੀ ਤੁਹਾਨੂੰ ਕੋਈ ਚੱਕ ਸਕਦਾ ਆ ਇਹ ਮੇਰੇ ਇਹੀ ਗੱਲਬਾਤ ਹੈ ਤਾੜੀ ਮਾਰ ਦਿਓ ਸਤਿ ਸ਼੍ਰੀ ਅਕਾਲ ਰੋਸ਼ਨ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਐ ਫੇ ਦੋ ਥੋੜੇ ਦਿਨ ਹੀ ਰਹਿ ਗਏ ਲਾਵਾਂ ਫੇਰ ਇਹਨੂੰ ਹੈ ਬਸ ਤੁਸੀਂ ਇਨਵਾਈਟਡ ਹੋ ਤੁਸੀਂ ਆਇਓ ਮੈਂ ਤੇ ਹੋਣਾ ਹੀ ਹੋਣਾ ਆਹੀ ਕੋਟ ਪਾ ਕੇ ਆਇਓ ਕਿਹਦਾ ਮੰਗਿਆ ਮੈਨੂੰ ਜਿਹੜੀ ਮੇਰੇ ਤੇ 5 ਵਜੇ ਮੈਨੂੰ ਸੁਣਦਾ ਨਹੀਂ ਹੈਗਾ ਮੈਨੂੰ ਕਈ ਵੇਲੇ ਉੱਚਾ ਸੁਣ ਆਪਣੇ ਆਪ ਹੀ ਉੱਚਾ ਸੁਣਨ ਲੱਪਦਾ ਆਪਾਂ ਧਿਆਨ ਨਹੀਂ ਦਿੰਦੇ ਬੋਤਾ ਭਾਜੀ ਲਾਵਾਂ ਫੇਰੇ 'ਚ ਸਗਨ ਬੜਾ ਪੈਣਾ ਹੀ ਹਾਂਜੀ ਹਾਂਜੀ ਇਕੱਠੇ ਕਰਨ ਨੂੰ ਫਿਰ ਹਾਂਜੀ ਇਕੱਠੇ ਕਰਕੇ ਮੇਰੀ ਜੇਬ 'ਚ ਪਾ ਦਿਓ ਬਾਅਦ 'ਚ ਅੱਛਾ ਜੀ ਹਾਂਜੀ ਚਲੋ ਤਾੜੀ ਮਾਰ ਦਿਓ ਕੁਬਰੀ ਅੱਛਾ ਹੁਣ ਸਭ ਤੋਂ ਖਾਸ ਬੰਦਿਆਂ ਦਾ ਆਪਾਂ ਸਵਾਗਤ ਕਰੀਏ ਮਿਊਜ਼ੀਸ਼ੀਅਨਸ ਦਾ ਕਿੰਦਰੀ ਭਾਜੀ ਇੱਕ ਮਿੰਟ ਕਿੰਦਰੀ ਭਾਜੀ ਨੂੰ ਛੱਡ ਕੇ ਤੁਹਾਡੇ ਨਾਲ ਬਾਅਦ ਤੋਂ ਗੱਲ ਕਰਦਾ ਜਿਹੜੇ ਖੰਜਰ ਚਲਾਏ ਅਸੀਂ ਸਭ ਜਾਣਦੇ ਹਾਂ ਕੋਈ ਨਹੀਂ ਦੱਸਦਾ ਤੁਹਾਨੂੰ ਮੈਂ ਤਾੜੀ ਮਾਰ ਦਿਓ ਇੱਕ ਵਾਰੀ ਚਲੋ ਜੀ ਹੁਣ ਗੱਲ ਕਰਦੇ ਹਾਂ ਰੂਲ ਐਂਡ ਰੈਗੂਲੇਸ਼ਨਸ ਦੀ ਚੌਥੇ ਦੌਰ 'ਚ ਪਹੁੰਚੇ ਨੇ ਜੀ 15 ਸੁਰੀਲੇ ਅਤੇ ਜਿਨ੍ਹਾਂ 'ਚੋਂ 8 ਪਰਫੋਰਮ ਕਰਨਗੇ ਅੱਜ ਦੇ ਐਪੀਸੋਡ 'ਚ ਜਿਨ੍ਹਾਂ 'ਚੋਂ 5 ਹੋ ਜਾਣਗੇ ਸੇਫ ਅਤੇ 3 ਜਾਣਗੇ ਡੇਂਜਰ ਜ਼ੋਨ 'ਚ ਅਤੇ ਨਾਲ ਦੇ ਨਾਲ ਇਹ ਦੱਸ ਦਈਏ ਕਿ ਬੈਸਟ ਸਿੰਗਰ ਆਫ ਦਾ ਐਪੀਸੋਡ ਨੂੰ ਮਿਲੇਗਾ ਵੈਦਿਆਨਾਥ ਅਸਲੀ ਆਯੁਰਵੇਦਾ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ ਬਟ ਉਹ ਮੇਰੇ ਨਾਲ ਸ਼ੇਅਰ ਕਰਨਾ ਜੀ ਇਹ ਹੋਰਨਾ ਨਹੀਂ ਅੱਛਾ ਜੱਜਿਸ ਨੂੰ ਪੁੱਛਦੇ ਹਾਂ ਆਪਾਂ ਕਿ ਬੱਚਿਆਂ ਤੋਂ ਕੀ ਚਾਹੁੰਦੇ ਤੁਸੀਂ ਅੱਜ ਬੱਚਿਆਂ 'ਚੋਂ ਕੀ ਚਾਹੁੰਦਾ ਬੱਚਿਆਂ ਤੋਂ ਅਸੀਂ ਇਹੀ ਚਾਹੁੰਦੇ ਹਾਂ ਕਿ ਵਧੀਆ ਗਾਉਣ ਔਰ ਇਸ ਸ਼ੋਅ ਦਾ ਨਾਮ ਰੋਸ਼ਨ ਕਰਨ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਔਰ ਇਸ ਦੁਨੀਆ 'ਤੇ ਐਜ਼ ਆ ਸਿੰਗਰ ਐਜ਼ ਆ ਗੁੱਡ ਆਰਟਿਸਟ ਛਾ ਜਾਣ ਔਰ ਬੱਲੇ ਬੱਲੇ ਕਰਾਉਣ ਸੋ ਅੱਜ ਰਿਸ਼ਤੇ ਸਪੈਸ਼ਲ ਐਪੀਸੋਡ ਹੈ ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਬਹੁਤ ਇੰਪੋਰਟੈਂਸ ਰੱਖਦੇ ਨੇ ਸਾਡੀ ਫੈਮਿਲੀ ਸਾਡੇ ਫਰੈਂਡਸ ਉਹ ਹਮੇਸ਼ਾ ਸਾਡੇ ਨਾਲ ਖੜਦੇ ਨੇ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਸੋ ਅੱਜ ਦੇਖਦੇ ਹਾਂ ਗੀਤਾਂ ਰਾਹੀਂ ਕਿਹੜੇ ਕਿਹੜੇ ਰਿਸ਼ਤੇ ਨੂੰ ਸਾਡੇ ਸਾਹਮਣੇ ਰੱਖਦੇ ਹੈ ਕੰਟੈਸਟੈਂਟਸ ਚਲੋ ਜੀ ਰਿਸ਼ਤੇ ਸਪੈਸ਼ਲ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਐਂ ਕਿੱਦਾਂ ਸ਼ੁਰੂ ਕਰ ਦਈਏ ਇੱਕ ਖਾਸ ਇਨਸਾਨ ਤਾਂ ਆਉਣਾ ਬਾਕੀ ਹਲੇ ਇੱਦਾਂ ਨਹੀਂ ਸ਼ੁਰੂ ਕਰ ਸਕਦੇ ਫੁੱਫੜ ਜੀ ਕਿੱਥੇ ਨੇ ਫੁੱਫੜ ਜੀ ਨੂੰ ਬੁਲਾ ਲੈਣ ਦਿਓ ਫੁੱਫੜ ਜੀ ਤੋਂ ਬਿਨਾਂ ਐਪੀਸੋਡ ਨਹੀਂ ਸ਼ੁਰੂ ਹੋ ਸਕਦਾ ਲਓ ਜੀ ਇਤਿਹਾਸ ਰਚਨ ਆ ਰਹੇ ਨੇ ਸੁਰਿੰਦਰ ਬਚਨ ਟਨ 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 ਨਮਸਕਾਰ ਹਾਂਜੀ ਕੀ ਤਿਆਰੀ ਬੱਚਿਆਂ ਦੀ ਵੌਇਸ ਆਫ ਪੰਜਾਬ 8 ਸੀਜ਼ਨ ਜਿਹੜਾ ਹੈ ਕਿ ਇੰਨਾ ਜ਼ਿਆਦਾ ਲੋਕ ਇਹਦਾ ਸ਼ੋਅ ਦੇਖ ਰਹੇ ਨੇ
ਬੱਚਿਆਂ ਨੂੰ ਪਸੰਦ ਕਰ ਰਹੇ ਨੇ, ਉਨੀ ਜ਼ਿੰਮੇਵਾਰੀ ਸਾਡੀ ਵੱਧ ਰਹੀ ਹੈ। ਬਸ ਇਹ ਇੰਨਾ ਅਮੀਰ ਸੁਰ ਜੇ ਲਗਾਉਣ, ਪੈਸੇ ਦੀ ਜ਼ਰੂਰਤ ਨਹੀਂ ਹੈ ਇੱਥੇ, ਤਾਂ ਅਮੀਰੀ ਸੁਰ ਲਗਾਉਣਗੇ ਅਤੇ ਉਨੇ ਕਾਮਯਾਬ ਰਹਿਣਗੇ, ਅਤੇ ਬਾਕੀ ਇਹਨਾਂ ਦਾ ਕੌਨਫੀਡੈਂਸ ਲੈਵਲ ਜਿਹੜਾ ਹੈ ਉਹ ਹੁਣ ਤੁਸੀਂ ਦੇਣਾ, ਅਤੇ ਮਿਸ਼ਨ ਭਰਾ ਮਿਲ ਕੇ ਸਾਰਾ ਕਰਨਗੇ, ਬਾਕੀ ਉਹਨਾਂ ਦੀ ਪ੍ਰੈਕਟਿਸ ਪੂਰੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ। ਓਕੇ ਸਰ। ਲਓ ਜੀ, ਫੁੱਫੜ ਜੀ ਦਾ ਆਸ਼ੀਰਵਾਦ ਮਿਲ ਗਿਆ, ਹੁਣ ਵਧੀਆ ਕਰਨਾ, ਠੀਕ ਹੈ ਜੀ, ਤਾੜੀ ਮਾਰ ਦਿਓ ਇੱਕ ਵਾਰੀ। ਹੁਣ ਬੁਲਾਉਂਦੇ ਹਾਂ ਉਹਨਾਂ ਨੂੰ ਜਿਨ੍ਹਾਂ ਦੀ ਐਕਟਿੰਗ, ਕਾਮੇਡੀ ਅਤੇ ਸਿੰਗਿੰਗ ਦੇ ਮਿੱਠੇ ਲੱਗਦੇ ਨੇ ਬੋਲ। ਪਲੀਜ਼ ਵੈਲਕਮ ਕਰਮਜੀਤ ਅਨਮੋਲ। ਬੂਰ ਪਿਆ ਅੰਬਿਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਭ ਬੁੱਕੜ ਵਿੱਚ ਰੱਖੀਆਂ ਕਿਣਵੇਂ ਦੇ ਨਾਂ ਦੀਆਂ ਸਾਂਝਾਂ ਵੇ ਬਾਬਲ ਅਸੀਂ ਸਿਦਕਾਂ ਨਾਲ ਨਿਭਾਈਆਂ ਕੂੰਜਾਂ ਵਾਂਗ ਪਰਾਉਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀ ਚੀ ਫੜ ਕੇ ਸੋਚਾਨੀ ਰਾਣੇ ਸ਼ਰਮਾਵਾਂ ਦਿਲ ਫੜ ਕੇ ਸੋਚਾਨੀ ਰਾਣੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਹਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਹਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਫਿਕਰਾਂ ਵਿੱਚ ਡੁੱਬਿਆ ਨੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਅਰੇ ਕਮਾਲ ਕਰਤੀ ਮੈਂ ਕਹਿੰਦਾ ਵੀ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਐਵੇਂ ਨਹੀਂ ਕਹਿੰਦੇ ਤੁਹਾਨੂੰ ਮਲਟੀ ਟੈਲੈਂਟਡ ਕਿਉਂ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਜੀ ਅੱਜ ਰਿਸ਼ਤਿਆਂ ਦਾ ਐਪੀਸੋਡ ਹੈ ਬੜੇ ਪਵਿੱਤਰ ਰਿਸ਼ਤੇ ਦਾ ਗੀਤ ਗਾਇਆ ਪਿਓ ਅਤੇ ਧੀ ਦਾ ਪਿਆਰ ਰਿਸ਼ਤਾ ਵੀ ਚੰਗੇ ਸੰਸਕਾਰਾਂ ਦੇ ਨਾਲ ਪਲੀ ਧੀ ਆਪਣੇ ਪਿਓ ਬਾਰੇ ਕੀ ਸੋਚਦੀ ਹੈ ਇਹ ਨਾ ਸਮਝੋ ਵੀ ਮੈਂ ਇੱਦਾਂ ਹੀ ਸ਼ਰੀਫ ਰਹੂੰਗਾ ਮੈਂ ਜੀਜਾ ਬਣ ਕੇ ਆਇਆ ਅੱਜ ਉਹ ਬੈਠਾ ਸਾਹਮਣੇ ਲਾਵਾਂ ਫਿਰੇ ਫਿਲਮ ਸਾਡੀ ਰਿਲੀਜ਼ ਹੋਣੀ ਰੋਸ਼ਨ ਪ੍ਰਿੰਸ ਉਹਦੇ ਵਿੱਚ ਲਾੜਾ ਬਣੇ ਨੇ ਅਤੇ ਮੈਂ ਇਹਦਾ ਜੀਜਾ ਤਿੰਨ ਚੀਜ਼ਾਂ 'ਚੋਂ ਇੱਕ ਚੀਜ਼ਾ ਅਤੇ ਦੇਖਦੇ ਹਾਂ ਚੀਜ਼ਾਂ ਕੀ ਖਰੂਦ ਪਾਉਂਦਾ 9 ਤਰੀਕ ਨੂੰ ਦੇਖਣੀ ਹੈ ਜ਼ਰੂਰ ਨਹੀਂ ਉਹ ਜੀਜਿਆਂ ਦਾ ਤਾਂ ਕੰਮ ਹੀ ਹੈ ਨਾ ਫਿਰ ਉਹ ਤਾਂ ਸਾਨੂੰ ਪਤਾ ਹੀ ਹੈ ਜੀ ਔਰ ਇੱਕ ਉਹਨਾਂ ਨੂੰ ਵੀ ਪਤਾ ਤਾਜ਼ਾ ਤਾਜ਼ਾ ਜੀਜੂ ਉਹਨਾਂ ਦਾ ਆਇਆ ਉਹ ਜੀਜੂ ਨੇ ਬੜਾ ਤੰਗ ਕਰਕੇ ਰੱਖਿਆ ਕੀ ਬਿਲਕੁਲ ਇਹ ਜੀਜੂ ਹੁੰਦੇ ਹੀ ਇਹੋ ਜਿਹੇ ਹਾਂਜੀ ਹਜੇ ਮੇਰੇ ਗੀਤ 'ਚ ਤਾਂ ਇੱਕ ਜੀਜੂ ਸੀ ਇਹਨਾਂ ਦੀ ਫਿਲਮ 'ਚ ਤਿੰਨ ਓ ਮਾਈ ਗੋਡ ਜਿਵੇਂ ਕਹਿੰਦੇ ਆ ਕੋਈ ਕੁੜੀ ਕਹਿ ਰਹੀ ਸੀ ਕਹਿੰਦੀ ਸੱਪ ਨੂੰ ਇੱਕ ਸੱਸਾ ਲੱਗਦਾ ਕਿੰਨੀ ਜ਼ਹਿਰ ਹੁੰਦੀ ਹੈ ਅਤੇ ਸੱਸ ਨੂੰ ਤਾਂ ਦੋ ਦੋ ਲੱਗਦੇ ਹੈ ਪਤਾ ਨਹੀਂ ਕਿੰਨੀ ਹੋਊਗੀ ਠੀਕ ਹੈ ਭਾਜੀ ਪਲੀਜ਼ ਟੇਕ ਯੂਅਰ ਥੈਂਕ ਯੂ ਜੀ ਥੈਂਕ ਯੂ ਮੁਕੇਸ਼ ਜੀ ਥੈਂਕ ਯੂ ਸੋ ਮਚ ਭਾਜੀ ਇੱਕ ਸਰਪ੍ਰਾਈਜ਼ ਤਾਂ ਹੋ ਗਿਆ ਪਰ ਸਾਡੇ ਕੋਲ ਇੱਕ ਹੋਰ ਸਰਪ੍ਰਾਈਜ਼ ਹੈ
एक होर सैलीब्रिटी गैसट है साढ़े को। चलो जी गौर फरमाना, फूलों को तारों को सबको जानो, प्लीज वेलकम निशा पानो। बहुत ज्यादा वधिया लग रहा है। मैं तुम्हें यही दसना चाहनी है कि हनी दे जीजा जी कल्ले नहीं है, उन्हां दी भैन भी आई है। अच्छा जी, ते ए जीजा भैन तो डरदा नहीं? ऐ किवें हो सकदा कि कोई घर वाला घर वाली तो डरे ना, आपां पूरा डरा के रख्या होया जी। ए जीजे ने फिर भी साला तंग करी रख्या। लो जी, इना वास्ते ओ गल बणदी है वी ब्यूटी विद ब्रेन। क्यों जी, अच्छा साडे कंटेस्टेंट बैठे ने, इन्हां नूं कुछ कहना चाहोगे? इन्हां नूं मैं यही कहना चाहूंगी, मैनूं पता है सारे बहुत सुरीले ने, जिहड़े इत्थों तक पहुंचे आ तां ओबवियसली गल सुरीले होणी ही है। ते मेरे वल्लों जी तुहानूं सारिआं नूं गुड लक, ते बहुत वधिया प्लेटफॉर्म तुहानूं मिलिआ, ते खुशकिस्मत हो तुसीं इत्थों तक पहुंचे हो, ते अगे वी तुसीं बहुत अगे जाओ। थैंक यू सो मच। सो प्लीज टेक योर सीट, उम्मीद है तुहानूं सारा शो वधिया लगेगा। बिल्कुल जी बिल्कुल। चलो जी शुरू कर दे अज का मुकाबला। बारी बरसी खटन गया सी, खट के कुछ नहीं लिया, पिछों पता लगा मझ ने तला लिया किला, सो आ रहा पहला सुरीला कपिल कपिल कपिल। तेरे बाजों कौन भला मेरे दिल दी सुने कहानी दस दिए गुरबाणी मां तू सच मुझ रानी मां।
ਕਿਆ ਬਾਤ ਹੈ, ਕੀ ਲੱਗ ਰਿਹਾ? ਬਸ ਮੰਮਾ ਕਰਮਜੀਤ ਭਾਜੀ ਪੰਜ ਛੇ ਮਹੀਨੇ ਪਹਿਲੇ ਮੈਂ ਆਪਣੀ ਮਾਂ ਗੁਆਈ ਹੈ। ਕੀ ਬੋਲਾਂ, ਮਤਲਬ ਇੰਨਾ ਵਧੀਆ ਗੀਤ ਲੱਗਿਆ, ਪਹਿਲਾਂ ਤਾਂ ਬੋਲ ਹੀ ਇਹਦੇ ਬਹੁਤ ਅੱਛੇ ਨੇ, ਬਾਕੀ ਤੂੰ ਗਾਇਆ ਬਹੁਤ ਸੋਹਣਾ। ਥੈਂਕ ਯੂ ਸੋ ਮਚ। ਔਰ ਮੈਂ ਸਭ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਵੀ ਜਿੰਨੇ ਵੀ ਮਰਜ਼ੀ ਬਿਜ਼ੀ ਹੋਵੋ ਪਰ ਆਪਣੇ ਮਾਂ ਬਾਪ ਲਈ ਜ਼ਰੂਰ ਟਾਈਮ ਕੱਢਿਆ ਕਰੋ। ਜੀ ਸਰ, ਗੋਡ ਬਲੈਸ ਯੂ। ਥੈਂਕ ਯੂ ਸੋ ਮਚ ਸਰ। ਇੱਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਇੱਦਾਂ ਦੇ ਟਾਈਮ ਆਉਂਦੇ ਨੇ ਜਦੋਂ ਉਹ ਚਾਹ ਕੇ ਵੀ ਉਹ ਚੀਜ਼ ਨਹੀਂ ਕਰ ਪਾਉਂਦਾ ਜੋ ਚਾਹੁੰਦਾ। ਮੈਨੂੰ ਯਾਦ ਆ ਉਹ ਦਿਨ ਜਦੋਂ ਭਾਜੀ ਨੇ ਜੋ ਗੱਲ ਕੀਤੀ, ਉਸ ਦਿਨ ਇਹ ਕੈਨੇਡਾ ਦੇ ਵਿੱਚ ਸੀਗੇ ਔਰ ਇਹਨਾਂ ਦਾ ਸ਼ੋਅ ਸੀ ਔਰ ਇੱਕ ਕਮੇਡੀਅਨ ਹੋਣ ਦੇ ਨਾਤੇ, ਇੱਕ ਆਰਟਿਸਟ ਹੋਣ ਦੇ ਨਾਤੇ ਉਹ ਕੈਸਾ ਮੁਕਾਮ ਹੋਏਗਾ ਜਦੋਂ ਲੋਕਾਂ ਨੂੰ ਹਸਾ ਰਿਹਾ ਔਰ ਘਰ ਦੇ ਵਿੱਚ ਇਹ ਚੀਜ਼ ਹੋਈ। ਹੌਸਲਾ ਰੱਖੋ ਭਾਜੀ, ਇੱਕ ਵਾਰੀ ਜ਼ੋਰਦਾਰ ਤਾੜੀ ਕਰਮਜੀਤ ਭਾਜੀ ਵਾਸਤੇ ਵਜਾਓ ਯਾਰ ਖੁੱਲ੍ਹ ਕੇ, ਤੁਸੀਂ ਬਹੁਤ ਸੋਹਣਾ ਗਾਇਆ। ਥੈਂਕ ਯੂ ਸੋ ਮਚ ਸਰ। ਲਵ ਯੂ ਮੰਮਾ। ਸਾਰੇ ਆਪਣੇ ਪੇਰੈਂਟਸ ਨੂੰ, ਆਪਣੇ ਮੰਮਾ ਨੂੰ ਬਹੁਤ ਪਿਆਰ ਕਰਦੇ ਆ। ਸੋ ਬਹੁਤ ਸੋਹਣਾ ਗਾਇਆ ਤੁਸੀਂ। ਥੈਂਕ ਯੂ। ਬਹੁਤ ਫੀਲ ਨੂੰ ਬਹੁਤ ਸੋਹਣਾ ਪਕੜਿਆ। ਥੈਂਕ ਯੂ। ਕਿਉਂਕਿ ਜਦੋਂ ਤੁਸੀਂ ਦਿਲ ਨਾਲ ਗਾਉਂਦੇ ਹੋ ਨਾ ਤਾਂ ਦਿਲ 'ਤੇ ਜਾ ਕੇ ਵੱਜਦਾ ਆ। ਸੋ ਦੈਟਸ ਵਾਈਸ ਸਾਰਾ ਮਾਹੌਲ ਇੱਦਾਂ ਦਾ ਹੋ ਗਿਆ। ਸਲੀਮ ਜੀ ਨੇ ਇੰਨਾ ਬਾ ਕਮਾਲ ਗਾਇਆ ਇਹ ਗੀਤ ਨੂੰ, ਅਤੇ ਸਚਿਨ ਜੀ ਅਫਕੋਰਸ ਹੈਟਸ ਆਫ, ਬਹੁਤ ਬਹੁਤ ਪਿਆਰਾ ਗੀਤ ਹੈ ਇਹ। ਥੈਂਕ ਯੂ ਫੋਰ ਗਿਵਿੰਗ ਦਿਸ ਬਿਊਟੀਫੁਲ ਸੌਂਗ ਟੂ ਅਸ। ਥੈਂਕ ਯੂ ਸੋ ਮਚ। ਹਾਂਜੀ ਨਿਸ਼ਾ ਜੀ, ਤੁਹਾਡਾ ਕੀ ਕਹਿਣਾ ਕਪਿਲ ਦੀ ਪਰਫਾਰਮੈਂਸ ਬਾਰੇ? ਕਪਿਲ, ਮੈਂ ਤੁਹਾਨੂੰ ਇਹੀ ਕਹੂੰਗੀ ਕਿ ਬਹੁਤ ਵਧੀਆ ਤੁਸੀਂ ਗਾਇਆ ਜੀ ਮੈਮ, ਅਤੇ ਮਾਵਾਂ ਜੀ ਸਭ ਨੂੰ ਪਿਆਰੀਆਂ ਹੁੰਦੀਆਂ, ਅਤੇ ਮੈਂ ਇਹੀ ਕਹੂੰਗੀ ਕਿ ਰੱਬ ਸਾਰਿਆਂ ਦੀਆਂ ਮਾਵਾਂ ਨੂੰ ਲੰਮੀ ਉਮਰ ਦੇਵੇ। ਥੈਂਕ ਯੂ ਜੀ। ਸਚਿਨ ਭਾਜੀ ਵੀ ਮੈਨੂੰ ਲੱਗਦਾ ਕਾਫੀ ਇਮੋਸ਼ਨਲ ਹੋ ਗਏ ਨੇ। ਮਾਵਾਂ ਨਾਲ ਕਿਹਨੂੰ ਪਿਆਰ ਨਹੀਂ ਹੁੰਦਾ ਦੁਨੀਆਂ 'ਤੇ? ਇੱਕ ਸਿਰਫ ਮਾਂ ਦਾ ਰਿਸ਼ਤਾ ਹੀ ਐਸਾ ਹੈ ਜਿੱਥੇ ਮਤਲਬ ਮਾਂ ਨੂੰ ਆਪਣੇ, ਮਾਂ ਆਪਣੇ ਬੱਚਿਆਂ ਨੂੰ ਨਿਸਵਾਰਥ ਪਿਆਰ ਕਰਦੀ ਔਰ ਬੱਚੇ ਆਪਣੀ ਮਾਂ ਨੂੰ ਨਿਸਵਾਰਥ ਪਿਆਰ ਕਰਦੇ, ਉਸ 'ਚ ਕੋਈ ਸਵਾਰਥ ਨਹੀਂ ਹੁੰਦਾ। ਸੋ ਉਹ ਮੈਮਰੀਜ਼ ਰਿਕਾਲ ਹੋ ਗਈਆਂ ਔਰ ਕਪਿਲ ਤੁਸੀਂ ਬਹੁਤ ਅੱਛਾ ਗਾਇਆ। ਐਕਚੁਅਲੀ ਬੇਸਿਕਲੀ ਗਾਣਾ ਜੋ ਓਰਿਜਨਲੀ ਰਿਕਾਰਡ ਕੀਤਾ ਸੀ ਸਾਰਾ ਗਾਣਾ ਬਿਨਾਂ ਰਿਦਮ ਤੋਂ ਹੈ, ਸਾਰਾ ਗਾਣਾ ਪਰਕਸ਼ਨਸ 'ਤੇ ਹੈ, ਉਹ ਪਰਕਸ਼ਨਸ ਐਂਡ ਹਾਰਮਨੀ 'ਤੇ, ਅਤੇ ਤੁਸੀਂ ਉਹਨੂੰ ਰਿਦਮ 'ਚ ਬੰਨ ਕੇ ਗਾਇਆ। ਬਟ ਜਿੰਨਾ ਤੁਸੀਂ ਵਧੀਆ ਗਾ ਸਕਦੇ ਹੋ ਤੁਸੀਂ ਅੱਛਾ ਪਰਫਾਰਮ ਕੀਤਾ, ਬਟ ਡੈਫੀਨੇਟਲੀ ਇਹਦੇ ਤੋਂ ਵੀ ਜ਼ਿਆਦਾ ਤੁਸੀਂ ਵਧੀਆ ਗਾ ਸਕਦੇ ਸਰ। ਗੋਡ ਬਲੈਸ ਯੂ। ਥੈਂਕ ਯੂ ਸੋ ਮਚ। ਕਪਿਲ ਨੇ ਕਾਫੀ ਮਾਹੌਲ ਸੀਰੀਅਸ ਕਰਤਾ। ਥੈਂਕ ਯੂ ਕਪਿਲ। ਥੈਂਕ ਯੂ ਸਰ। ਥੈਂਕ ਯੂ। ਕਪਿਲ ਦੀ ਸਿੰਗਿੰਗ ਨੇ ਮਾਹੌਲ ਸੀਰੀਅਸ ਕਰਤਾ। ਮਾਵਾਂ ਠੰਡੀਆਂ ਛਾਵਾਂ, ਮੈਂ ਚਾਹੁੰਦਾ ਕਿ ਇੱਕ ਵਾਰੀ ਮਾਵਾਂ ਦੇ ਨਾਂ 'ਤੇ ਤਾੜੀ ਹੋ ਜੇ, ਮਾਵਾਂ ਦੀ ਉਮਰ ਹੋਰ ਲੰਬੀ ਹੋਵੇ, ਅਤੇ ਬਿਨਾਂ ਕਮੇਡੀ ਤੋਂ, ਬਿਨਾਂ ਕਮੇਡੀ ਤੋਂ ਆਪਾਂ ਅਗਲੇ ਕੰਟੈਸਟੈਂਟ ਨੂੰ ਬੁਲਾਉਂਦੇ ਹਾਂ। ਪਲੀਜ਼ ਵੈਲਕਮ ਸਰਗੀ। ਮੈਂ
ਕੋਲੋਂ ਕਮੈਂਟ ਲੈਣ ਤੋਂ ਪਹਿਲਾਂ ਇੱਕ ਵਾਰੀ ਤਾੜੀ ਉਸ ਇਨਸਾਨ ਲਈ ਜਿਹਨੇ ਇਸ ਗਾਣੇ ਦੀ ਕੰਪੋਜੀਸ਼ਨ ਅਤੇ ਮਿਊਜ਼ਿਕ ਤਿਆਰ ਕੀਤਾ, ਸ਼੍ਰੀ ਸੁਰਿੰਦਰ ਬੱਚਨ ਲਈ। ਹਾਂਜੀ ਸਚਿਨ ਭਾਅ ਜੀ, ਕੀ ਕਹੋਗੇ ਤੁਸੀਂ ਸਰਗੀ ਦੀ ਪਰਫੋਰਮੈਂਸ ਬਾਰੇ? ਸਰਗੀ ਨਰਵਸ ਨਹੀਂ ਹੋਣਾ, ਅੱਛਾ ਗਾਇਆ ਤੁਸੀਂ, ਤੁਸੀਂ ਫੀਲ ਬਹੁਤ ਅੱਛਾ ਦਿੱਤਾ ਗਾਣੇ ਨੂੰ। ਔਰ ਜਸਪਿੰਦਰ ਜੀ ਦਾ ਗਾਇਆ ਹੋਇਆ ਗਾਣਾ ਅਤੇ ਆਪਣੇ ਆਪ 'ਚ ਹੀ ਜਸਪਿੰਦਰ ਜੀ ਇੱਕ ਮੁਕੰਮਲ ਆਰਟਿਸਟ ਨੇ। ਬਹੁਤ ਅੱਛਾ ਤੁਸੀਂ ਗਾਇਆ, ਲੇਕਿਨ ਸ਼ੁਰੂ 'ਚ ਥੋੜ੍ਹਾ ਜਿਹਾ ਸੁਰ ਤੁਹਾਡਾ ਥੋੜ੍ਹਾ ਜਿਹਾ ਚੜ੍ਹਦਾ ਸੀ ਸੁਰ, ਲੇਕਿਨ ਇਟਸ ਓਕੇ। ਬਹੁਤ ਪਿਆਰੀ ਕੰਪੋਜੀਸ਼ਨ ਹੈ ਜਸਪਿੰਦਰ ਜੀ ਦੀ ਗਾਈ ਹੋਈ ਅਤੇ ਮਜ਼ਾ ਆਇਆ ਸੁਣ ਕੇ। ਥੈਂਕ ਯੂ। ਥੈਂਕ ਯੂ। ਹਾਂਜੀ ਰੋਸ਼ਨ ਭਾਅ ਜੀ, ਛੋਟੀ ਭੈਣ ਜਦੋਂ ਤੁਸੀਂ ਹਾਇਰ ਨੋਟਸ ਲਾਉਂਦੇ ਹੋ ਨਾ, ਉਦੋਂ ਜਾਨ ਕੱਢ ਲੈਂਦੇ ਹੋ। ਕਿਆ ਬਾਤ ਹੈ, ਅਤੇ ਮੈਂ ਬਹੁਤ ਲੱਕੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨ ਲਈ ਅੱਜ ਇੱਥੇ ਹਾਂ। ਅਤੇ ਸਰ ਜੀ, ਤੁਸੀਂ ਨਰਵਸ ਨਹੀਂ ਹੋਣਾ, ਜਿੱਦਾਂ ਦਾ ਤੁਹਾਡਾ ਨਾਮ ਸੋਹਣਾ ਓਨਾ ਹੀ ਸੋਹਣਾ ਅੱਜ ਤੁਸੀਂ ਪਰਫੋਰਮ ਕੀਤਾ। ਸਰ ਜੀ ਬਹੁਤ ਸੋਹਣਾ ਗਾਇਆ, ਪਰ ਤੂੰ ਰੱਬ ਕਰੇ ਭਾਗਾਂ ਵਾਲੀ ਧੀ ਸਾਬਤ ਹੋਵੇਂ ਆਪਣੇ ਮਾਪਿਆਂ ਦੀ। ਬਹੁਤ ਸੋਹਣਾ ਗਾਇਆ, ਗੋਡ ਬਲੈਸ ਯੂ। ਅਤੇ ਸਰ ਜੀ ਪਲੀਜ਼ ਟੇਕ ਯੂਅਰ ਸੀਟ। ਚਲੋ ਜੀ, ਮਾਹੌਲ ਬੜਾ ਸੀਰੀਅਸ ਹੋ ਗਿਆ, ਮਾਹੌਲ ਨੂੰ ਥੋੜ੍ਹਾ ਜਿਹਾ ਲਾਈਟ ਕਰਦੇ ਹਾਂ। ਸਚਿਨ ਭਾਅ ਜੀ, ਹਾਂਜੀ, ਕਿਉਂ ਕਿਉਂ ਕਿਉਂ? ਹਾਂਜੀ, ਮਤਲਬ ਮਾਹੌਲ ਚੇਂਜ ਕਰਨਾ ਹੈ? ਮਾਹੌਲ ਚੇਂਜ ਕਰਨਾ ਹੈ? ਹਾਂਜੀ ਯਾਰ, ਸਾਹਿਲ ਔਰ ਗੁਰਜੀਤ ਨੂੰ ਬਹੁਤ ਮਿਸ ਕਰ ਰਹੇ ਹਾਂ ਅਸੀਂ। ਦੇਖੋ ਜੀ, ਉਹਨਾਂ ਨੂੰ ਤਾਂ ਇੱਦਾਂ ਹੀ ਮਿਸ ਕਰੂੰਗੇ। ਦੇਖੋ ਭਾਅ ਜੀ, ਚੰਗੇ ਭਲੇ ਦਾਲ ਰੋਟੀ 'ਤੇ ਹੀ ਇੱਕ ਦਿਨ ਮਟਰ ਪਨੀਰ ਮੰਗ ਬੈਠੇ, ਬਸ ਫਿਰ ਚੈਨਲ ਕਹਿੰਦਾ ਜੀ ਇਹਨਾਂ ਨੂੰ ਪਨੀਰ ਦੇਣਾ, ਕੋਈ ਚੱਜ ਦਾ ਬੰਦਾ ਸੱਦਦੇ ਹਾਂ। ਅੱਛਾ ਅੱਛਾ, ਬਸ ਫਿਰ ਆਪਾਂ ਆ ਗਏ। ਮਤਲਬ ਤੈਨੂੰ ਇਕੱਲੇ ਪਨੀਰ 'ਤੇ ਬੁਲਾਇਆ? ਨਹੀਂ ਨਹੀਂ, ਨਾਲ ਪੈਸੇ ਵੀ ਦੇ ਰਹੇ ਨੇ। ਅੱਛਾ, ਆ ਸਿਹਤਾਂ ਪਨੀਰ ਨਾਲ ਹੀ ਬਣੀਆਂ ਲੱਗਦੀਆਂ ਭਾਅ ਜੀ। ਆਪਣੇ ਬੰਦੇ ਪੰਚ ਮਾਰਨਗੇ ਫਿਰ ਕਿੱਦਾਂ ਚੱਲੂਗਾ? ਲਓ ਜੀ, ਇਸੇ ਖੁਸ਼ੀ 'ਚ ਲੈਂਦੇ ਹਾਂ ਛੋਟੀ ਜੀ ਬ੍ਰੇਕ। ਮਾਸੀਆਂ ਤੇ ਮਾਮੀਆਂ ਦੇ ਲਾਹੇ ਲੀੜੇ ਪਾ ਕੇ ਦੇੜੀ ਅੱਜ ਤੱਕ ਰਹੀ ਡੰਗ ਸਾੜਦੀ, ਬਾਪੂ ਦੇ ਵੀ ਹੱਥਾਂ ਦੇ ਆ ਰੱਟਣਾ ਨੂੰ ਵੇਖ, ਮੈਨੂੰ ਜਾਂਦਾ ਨਹੀਂ ਉਹ ਦਿਲ ਏ ਸੰਭਾਲਿਆ ਜਸ ਤੂੰ। ਹਾਂਜੀ ਹਾਂਜੀ, ਕਰਮਜੀਤ ਭਾਜੀ ਤੇ ਨਿਸ਼ਾ ਜੀ, ਤੁਸੀਂ ਸੋਚ ਰਹੇ ਹੋਗੇ ਵੀ ਇਹ ਕੀ ਸੀ? ਦਰਅਸਲ ਮੈਂ ਹੈਗਾ ਸਚਿਨ ਭਾਈ ਦਾ ਸੈਕਟਰੀ। ਸਾਲ ਇੱਕ ਸਾਲ ਹੋ ਗਿਆ ਮੈਨੂੰ ਨੌਕਰੀ ਕਰਦਾ, ਮੈਂ ਹਾਲੇ ਤੱਕ ਸੈਲਰੀ ਨਹੀਂ ਆਈ। ਉੱਤੋਂ ਦੀ ਹਰ ਮਹੀਨੇ 1000 ਰੁਪਇਆ ਮੇਰੇ ਕੋਲੋਂ ਲੈ ਲੈਂਦੇ ਆ। ਮੈਂ ਤੇ ਇਸ ਗੱਲ ਤੇ ਕਨਫਿਊਜ਼ ਆ ਵੀ ਮੈਂ ਇਹਨਾਂ ਨੂੰ ਰੱਖਿਆ ਕਿ ਇਹਨਾਂ ਨੇ ਮੈਨੂੰ ਰੱਖਿਆ। ਮੈਂ ਇਸੇ ਕਰਕੇ ਆ ਪੇਮੈਂਟ ਭਾਜੀ ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਪੇਮੈਂਟ ਪੂਰੀ ਕੀਤੀ ਆਪਾਂ। ਦੇਖੋ ਇਹ ਜੀ ਮੇਰਾ ਅਨਆਫੀਸ਼ੀਅਲ ਲਾਂਤੀਆ ਸੈਕਟਰੀ ਹੈ, ਆਪਾਂ ਨੂੰ ਆਪਣੀ ਬੇਇੱਜ਼ਤੀ ਸੁਣਦੀ ਨਹੀਂ, ਆਪਾਂ ਗੌਰ ਹੀ ਨਹੀਂ ਕਰੀ। ਅੱਛਾ, ਪੇਮੈਂਟ ਤੋਂ ਯਾਦ ਆਇਆ ਭਾਜੀ, ਹੁਣ ਸਪੋਂਸਰਾਂ ਬਾਰੇ ਗੱਲ ਕਰ ਲਈਏ, ਹੈ ਨਾ। ਦੇਖੋ ਇੱਕੋ ਕੰਮ ਤਾਂ ਉਹ ਵਧੀਆ ਕਰਦੇ ਸੀ ਦੋਨੇ, ਕੋਈ ਨਹੀਂ ਆਪਾਂ ਵੀ ਸਿੱਖ ਲਾਂਗੇ ਹੌਲੀ ਹੌਲੀ। ਅਤੇ ਲਓ ਜੀ, ਸਾਡੇ ਟਾਈਟਲ ਸਪੋਂਸਰ ਨੇ KUV 100 ਕੋ ਪ੍ਰਜੈਂਟਡ ਬਾਏ ਕੋਲਗੇਟ ਵੇਦ ਸ਼ਕਤੀ, ਵੇਦ ਔਰ ਵਿਗਿਆਨ ਕਾ ਪਰਫੈਕਟ ਸੰਗਮ, ਗੋਦਰੇਜ ਈਜ਼ੀ ਲਿਕੁਇਡ ਡਿਟਰਜੈਂਟ, ਪਾਵਰਡ ਬਾਏ ਫੇਅਰ ਐਂਡ ਲਵਲੀ ਐਡਵਾਂਸਡ ਮਲਟੀ ਵਿਟਾਮਿਨ। ਐਸੋਸੀਏਟ ਸਪੋਂਸਰਸ ਨੇ ਵੈਦਿਆਨਾਥ ਮਹਾ ਬ੍ਰਿੰਗਰਾਸ ਤੇਲ, ਅਸਲੀ ਆਯੁਰਵੇਦਾ ਅਤੇ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼। ਅਤੇ ਨਾਲ ਇੱਕ ਵਾਰੀ ਫਿਰ ਦੱਸ ਦਈਏ ਕਿ ਜਿਹੜਾ ਬਣੇਗਾ ਇਸ ਸ਼ੋਅ ਦਾ ਵਿਜੇਤਾ, ਉਹਨੂੰ ਮਿਲੇਗਾ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਦੁਬਈ ਦਾ 2 ਦਿਨ ਦਾ ਅਤੇ 2 ਜਾਣਿਆਂ ਦਾ ਟੂਰ। ਤਾੜੀ ਮਾਰ। ਕਿਆ ਬਾਤ ਹੈ, ਇਹ ਜੇ ਮੈਨੂੰ ਲੈ ਕੇ ਜਾਣਾ ਲੈ ਜਾ ਸਕਦੇ ਹੋ, ਆਪਾਂ ਫ੍ਰੀ ਹੁੰਦੇ ਹਾਂ, ਗੱਲ ਕੋਈ ਨਹੀਂ। ਅੱਛਾ ਭਾਅ ਜੀ, ਅੱਗੇ ਸ਼ੁਰੂ ਕਰੀਏ ਹੁਣ। ਅਗਲੇ ਕੰਟੈਸਟੈਂਟ ਜਿਹਨੂੰ ਮੈਂ ਬੁਲਾਉਣ ਲੱਗਾ, ਉਹਨੂੰ ਐਂ ਨਹੀਂ ਬੁਲਾਉਣਾ ਆਪਾਂ,
ਉਹਨੂੰ ਜਰਾ ਅਲੱਗ ਜਿਹੇ ਤਰੀਕੇ ਨਾਲ ਬੁਲਾਉਣਾ ਹੈ। ਚਲੀ ਚਲੀ ਤਾਰੀ ਲੋ ਚਾਲੀ ਆ ਰਿਹਾ ਏ ਅਨਵਰ ਅਲੀ। ਬੇਬੇ ਪੁੱਛਦੀ ਆ ਦੱਸ ਹੁਣ ਪੁੱਤਰਾ ਬੇਬੇ ਪੁੱਛਦੀ ਆ ਦੱਸ ਹੁਣ ਪੁੱਤਰਾ ਰੱਬ ਕਦੋਂ ਤੱਕ ਦੇਵੇਗਾ ਤਰੱਕੀਆਂ ਬੇਬੇ ਪੁੱਛਦੀ ਆ ਦੱਸ ਹੁਣ ਪੁੱਤਰਾ ਰੱਬ ਕਦੋਂ ਤੱਕ ਦੇਵੇਗਾ ਅਨਵਰ ਅਲੀ ਜੀ ਅੱਛਾ ਸੀਗਾ ਬਟ ਥੋੜ੍ਹਾ ਜਿਹਾ ਗੜਬੜ ਦਾ ਤੁਹਾਨੂੰ ਪਤਾ ਲੱਗ ਗਈ ਹੈ ਲਾਸਟ ਦੇ ਵਿੱਚ ਵੀ ਬਟ ਥੋੜ੍ਹਾ ਜਿਹਾ ਸੁਰ ਦੀ ਵੀ ਗੜਬੜ ਸੀ। ਇੱਕ ਹੁੰਦਾ ਨਾ ਕਿ ਹਾਂ ਹੁਣ ਗੱਲ ਬਣੀ ਹੈ ਉੱਥੇ ਤੱਕ ਨਹੀਂ ਸੀ ਪਹੁੰਚਿਆ ਜਿਵੇਂ 100 ਨਹੀਂ ਸੀ 99-98 ਤੁਸੀਂ ਕਹਿ ਸਕਦੇ ਹੋ ਥੋੜ੍ਹਾ ਜਿਹਾ ਥੱਲੇ ਥੱਲੇ ਜਿਹਾ ਸੀਗਾ ਸੁਰ ਵੀ ਕੱਚਾ ਪੱਕਾ ਜਿਹਾ ਲੱਗ ਰਿਹਾ ਸੀ ਬਹੁਤ ਜ਼ਿਆਦਾ ਰੂਹ ਤੱਕ ਪਹੁੰਚੀ ਨਹੀਂ ਤੁਹਾਡੀ ਗਾਇਕੀ
मतलब पेरेंट्स जड़े हैं माँ प्यो हैं साढ़े वास्ते बहुत कुछ करते हैं पेरेंट्स साढ़े लिए बहुत कुछ करते हैं वो आउट ऑफ द वे जाके जिन्ना कर सकते हैं उस तो बात करने की कोशिश करते हैं कई बच्चे अपने पेरेंट्स नू छाड़ देने हैं जदों बुजुर्ग हो जाते हैं बहुत बहुत गलत गल है पूजा जी काफ़ी इमोशनल हो गए ने ये रिश्ता ही इदा इमोशनल रिश्ता है माँ प्यो का जिन्हों लैके असं सारे इमोशनल हाँ कितना कितने सचिन भाजी तुम कहोगे अनवर अली मैंने अनवर की ना टोन बहुत पसंद है वॉइस टैक्सचर बहुत अच्छा ठीक है सर तो वो बहुत थोड़े लिए एक बहुत वड्डा पॉजिटिव पॉइंट साबित होएगा जिंदगी लेकिन जे तुसी थोड़ी टोन अच्छी और तुसी मेहनत की हुई है तुसी सुर च हैगे हो तो सोने दे सुहागा हुंदा तुहाडी परफॉर्मेंस देख के मैनू बहुत ज़्यादा वधिया लग रहा है थैंक यू सारियां तुहाडियां परफॉर्मेंस एक एक परफॉर्मेंस तुहाडी दिल नू टच कर रही है बहुत वधिया गाया तू और सब तो वड्डी गल इह है वी जिस बंदे नाल मां दा आशीर्वाद है वह हमेशा तरक्कियां पाउंदा ही पाउंदा सो तू भी तरक्कियां पावेगा रब करे होर बुलंदियां ते जावे थैंक यू सर थैंक यू जी मुकेश जी असीं हुण थोड़ा जिहा माहौल चेंज करांगे मैं भाजी नूं कहिंदा असीं गाणा गाईए हुण इकलावां फिर इहदा हाँ जी हाँ जी बिल्कुल जे तुहाडी इजाजत है तां मैं ऐ दसो हद हो गई कमाल करन डे तुसीं ते तुसीं अनवर जी नूं बिठा के फिर बुलाओ प्यार जे नाल सानूं हाँ जी बिल्कुल जी अनवर जी थैंक यू सर वेट करदे आं जी रिजल्ट दा तो माहौल काफ़ी सीरीयस हो गया माहौल नूं थोड़ा जिहा लाइट करदे आं रोशन भाजी तुहाडे कोल गाणा भी सुणांगे पर इस तों पहलां मैनूं एक गल दसो जीजा जी तुहाडे ने गलतियां मेरियां कढ़ी जांदे ने गोर माहौल जदों कदे सोहरियां दे पिंड आईदा किसी वांगू पूरा हुक्म चलाईदा ਕਾਬਰੋਲੇ ਵਾਂਗੂ ਫਿਰ ਦਿਲ ਨੱਚਦਾ ਉਹ ਕਾਬਰੋਲੇ ਵਾਂਗੂ ਫਿਰ ਦਿਲ ਨੱਚਦਾ ਅੱਖੀਆਂ ਦੇ ਵਿੱਚ ਹੁੰਦੀ ਲੋਰ ਵੱਖਰੀ ਪੱਪਾ ਨੂੰ ਤੇਰਾ ਕੇ ਸਾਰਾ ਪਿੰਡ ਰੱਖ ਦੇ ਹੁੰਦੀਆਂ ਪਰੌਣਿਆਂ ਦੀ ਲੋਰ ਵੱਖਰੀ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਖੰਡ ਮੈਨੂੰ ਕੋਈ ਰਜਾਈ ਦੇ ਦਿਓ ਮੈਨੂੰ ਲੱਗਣ ਡਈ ਹੈ ਠੰਡ ਨਹੀਂ ਆਹ ਹਾਂ ਨਹੀਂ ਮੈਨੂੰ ਸੱਚੀ ਠੰਡ ਲੱਗਣ ਡਈ ਹੈ ਉਹ ਤੂੰ ਭਰਾ ਇੱਦੀ ਆ ਜਾ ਮੈਨੂੰ ਠੰਡ ਲੱਗਦੀ ਪਈ ਆ ਇਹਦੀ ਸਿਹਤ ਵੱਲ ਦੇਖ ਕੇ ਲੱਗਦਾ ਇਹਨੂੰ ਅੱਗੇ ਹੀ ਠੰਡ ਲੱਗੀ ਹੈ ਚੋਰੀ ਦਿੱਤਾ ਸੀ ਹਜ਼ਾਰ ਇਸ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਇਸ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਉਹਨੂੰ ਉਹਦੇ ਜਜ਼ਬਾਤ
ਸਾਰੇ ਪੁੱਛਦੇ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਕੀ ਬਾਤ ਹੈ ਨਰਵਸ ਸਚਿਨ ਭਾਅ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਜਸਵੰਤ ਦਾ ਗਾਣਾ ਨਹੀਂ ਯਾਰ ਸਾਰੀ ਸਥਾਈ ਲੈ ਤੋਂ ਬਾਹਰ ਅੰਤਰਾ ਠੀਕ ਸੀ ਲੈ ਤੋਂ ਬਾਹਰ ਤਾਂ ਨਹੀਂ ਸੀ ਅੰਤਰਾ ਬਟ ਸਵਾਦ ਹੀ ਨਹੀਂ ਆਇਆ ਗਾਣੇ ਦਾ ਬੇਸਿਕਲੀ ਗੱਲ ਇਹ ਹੈ ਸਹੀ ਗੱਲ ਹੈ ਕਿ ਕਮੀਆਂ ਰਹਿ ਗਈਆਂ ਗਾਇਕੀ ਵਿੱਚ ਸੋ ਕੋਸ਼ਿਸ਼ ਕਰਿਓ ਨੈਕਸਟ ਟਾਈਮ ਅੱਛਾ ਪਰਫੋਰਮ ਕਰੋ ਜਸਵੰਤ ਜੀ ਵੈਸੇ ਇਹ ਗਾਣਾ ਮੇਰਾ ਬੜਾ ਪਸੰਦੀਦਾ ਅਤੇ ਅਕਸਰ ਅਸੀਂ ਸੁਣਦੇ ਵੀ ਰਹਿੰਦੇ ਹਾਂ ਰਣਜੀਤ ਜੀ ਨੇ ਬੜਾ ਸੋਹਣਾ ਗਾਇਆ ਇਹਨੂੰ ਗੀਤ ਨੂੰ ਔਰ ਇਸੇ ਮੰਚ ਤੋਂ ਉਹ ਨਿਕਲੇ ਨੇ ਰਣਜੀਤ ਬਾਵਾ ਜੀ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਹੁਣ ਹੋਣੀਆਂ ਨਹੀਂ ਚਾਹੀਦੀਆਂ ਠੀਕ ਹੈ ਪੁੱਤਰ ਜੀ ਜੀ ਓਕੇ ਹਾਂਜੀ ਨਿਸ਼ਾ ਜੀ ਗਾਣਾ ਤੁਸੀਂ ਬਹੁਤ ਵਧੀਆ ਚੂਜ਼ ਕੀਤਾ ਬਹੁਤ ਵਧੀਆ ਗਾਣਾ ਹੈ ਪਰ ਥੋੜ੍ਹਾ ਜਿਹਾ ਜਿਹੜਾ ਤੁਹਾਡਾ ਕੌਨਫੀਡੈਂਸ ਹੋਰ ਹੋਣਾ ਚਾਹੀਦਾ ਬਾਕੀ ਮੈਂ ਤੁਹਾਨੂੰ ਜ਼ਿਆਦਾ ਜੱਜ ਨਹੀਂ ਕਰੂੰਗੀ ਕਿਉਂਕਿ ਇਹਨਾਂ ਨੇ ਤੁਹਾਨੂੰ ਤੁਹਾਡੀਆਂ ਕਮੀਆਂ ਜਿਹੜੀਆਂ ਦੱਸਤੀਆਂ ਅਤੇ ਹੋਰ ਜ਼ਿਆਦਾ ਮਿਹਨਤ ਕਰੋ ਬਹੁਤ ਅੱਗੇ ਤੱਕ ਜਾਓਗੇ ਥੈਂਕ ਯੂ ਜੀ ਹਾਂਜੀ ਕਰਮਜੋਤ ਭਾਅ ਜੀ ਮੈਨੂੰ ਤਾਂ ਵਧੀਆ ਲੱਗਿਆ ਗਾਣਾ ਜਿੰਨਾ ਕੁ ਵੀ ਗਾਇਆ ਬਾਕੀ ਖਾਇਆ ਪੀਆ ਕਰ ਭਰਾ ਬਾਕੀ ਜਿਵੇਂ ਤੇਰੀ ਸਿਹਤ ਹੈ ਇਕੱਲੀ ਮਾਂ ਗਈ ਤੈਨੂੰ ਤਾਂ ਸਾਰੇ ਟੱਬਰ ਨੂੰ ਪੁੱਛਣਾ ਚਾਹੀਦਾ ਤੇਰੇ ਵਾਸਤੇ ਤਾਂ ਸਜਾਉਂਦੇ ਵੱਸਦੇ ਰਹੋ ਹਾਂਜੀ ਠੀਕ ਹੈ ਸਰ ਕਰਦੇ ਹਾਂ ਵੇਟਰ ਜਲਦੀ ਕਰਮਜੀਤ ਭਾਅ ਜੀ ਅਤੇ ਰੋਸ਼ਨ ਭਾਅ ਜੀ ਮੈਂ ਪੁੱਛਣਾ ਚਾਹੁੰਦਾ ਕਿ ਲਾਵਾਂ ਫੇਰੇ ਦਾ ਕੋਈ ਇੱਦਾਂ ਦਾ ਪਲ ਜਿਹੜਾ ਤੁਹਾਨੂੰ ਕਦੀ ਜ਼ਿੰਦਗੀ 'ਚ ਭੁੱਲ ਨਹੀਂ ਸਕਦਾ ਕੋਈ ਪਲ ਨਹੀਂ ਭੁੱਲ ਸਕਦਾ ਕੋਈ ਪਲ ਹੀ ਇਹੋ ਜਿਹੇ ਸੀ ਕੋਈ ਇੱਕ ਸਾਡੇ ਨਾਲ ਸਾਂਝਾ ਕਰ ਲਓ ਨਹੀਂ ਸਾਨੂੰ ਇਹ ਸੀਗਾ ਵੀ ਕਿ ਉੱਥੇ ਪਰਿਵਾਰਕ ਮਾਹੌਲ ਸੀਗਾ ਬਾਕੀ ਰੋਸ਼ਨ ਦੱਸੂਗਾ ਜਾਂ ਨਿਸ਼ਾ ਦੱਸਣਗੇ ਕਿ ਕਿੱਦਾਂ ਦਾ ਮਾਹੌਲ ਰਿਹਾ ਹਾਂਜੀ ਪਹਿਲੀ ਪੰਜਾਬੀ ਫਿਲਮ ਹੈ ਜਿਹਦੇ 'ਚ ਸਭ ਤੋਂ ਜ਼ਿਆਦਾ ਬਰਥਡੇਜ਼ ਆਏ ਨੇ ਸ਼ੂਟ ਦੇ ਦੌਰਾਨ ਅਸੀਂ 9 ਅਤੇ 10 ਬਰਥਡੇ ਉੱਥੇ ਮਨਾਏ ਆ ਉਸ ਤੋਂ ਪਹਿਲਾਂ ਜਿਹੜਾ ਸਕੈਜੂਲ ਇੱਥੇ ਹੋਇਆ ਸੀ ਉਹਦੇ ਵਿੱਚ ਇੱਕ ਬਰਥਡੇ ਮਨਾਇਆ ਅਤੇ ਹੁਣ 3-4 ਦਿਨ ਪਹਿਲਾਂ ਇੱਕ ਸਕੈਜੂਲ ਕੀਤਾ ਉਹਦੇ 'ਚ ਵੀ ਬਰਥਡੇ ਆ ਗਿਆ ਇਹ ਛੱਡੋ ਪ੍ਰਮੋਸ਼ਨ ਦੇ ਵਿੱਚ ਸਾਡੇ ਪ੍ਰੋਡਿਊਸਰ ਸਾਹਿਬ ਦਾ ਫੇਰ ਬਰਥਡੇ ਆ ਅੱਛਾ ਜੀ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ ਅਤੇ ਪੂਜਾ ਜੀ ਕਿਉਂ ਮਾਹੌਲ ਚੇਂਜ ਕਰਨਾ ਮੁਕੇਸ਼ ਜੀ ਹਾਂਜੀ ਇਹ ਦੱਸੋ ਤੁਸੀਂ ਜਦੋਂ ਐਪੀਸੋਡ ਨਹੀਂ ਨਹੀਂ ਮੁਕੇਸ਼ ਨਹੀਂ ਸਚਿਨ ਦੂਜਾ ਮੇਰੇ ਤੋਂ ਮੇਰਾ ਕੰਮ ਨਾ ਖਾਓ ਮੇਰੀ ਪੇਮੈਂਟ ਮਾਰ ਲੈਣੀ ਉਹਨਾਂ ਨੇ ਸੌਰੀ 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 ਗਲਤੀ ਹੋ ਗਈ ਸੋ ਮਿਸਟਰ ਦੂਜਾ ਹਾਂਜੀ ਆ ਦੱਸੋ ਜਦੋਂ ਪ੍ਰੋਗਰਾਮ ਸਟਾਰਟ ਹੋਇਆ ਸੀ ਐਪੀਸੋਡ ਸਟਾਰਟ ਹੋਇਆ ਸੀ ਤੁਸੀਂ ਇੱਕ ਗੱਲ ਕਹੀ ਸੀ ਵੀ ਕੇਂਦਰੀ ਭਾਜੀ ਵਾਸਤੇ ਤਾੜੀਆਂ ਨਹੀਂ ਵਜਾਣੀਆਂ ਕੀ ਚੱਕਰ ਹੋ ਗਿਆ ਇਹ ਬੰਦੇ ਤੇ ਗੁੱਸਾ ਹੀ ਬੜਾ ਮੈਨੂੰ ਕਾ ਤੋਂ ਮੇਰੀ ਭਾਜੀ ਗਰਲਫ੍ਰੈਂਡ ਆਈ ਪਿੱਛੇ ਦੇ ਕੰਮੋਂ ਤੁਹਾਨੂੰ ਪਤਾ ਹੋਣਾ ਯਾ ਹਾਂਜੀ ਹਾਂਜੀ ਮੇਰੀ ਗਰਲਫ੍ਰੈਂਡ ਉਹ ਤੇ ਇਹ ਬੰਦਾ ਸਿੱਧਾ ਹੀ ਹੋਇਆ ਫਿਰਦਾ ਉਹਦੇ ਨਾਲ ਫੋਨਾਂ ਦੇ ਤੁਹਾਨੂੰ ਪਤਾ ਹੋਣਾ ਕਿ ਚੁਟਕਲੇ ਭੇਜਦਾ ਸੀ ਇਸ ਗੱਲ ਦਾ ਨਹੀਂ ਗੁੱਸਾ ਚੁਟਕਲੇ ਭੇਜੇ ਗੁੱਸਾ ਪਤਾ ਕਿਹੜੀ ਗੱਲ ਦਾ ਇਹਨੇ ਗਾਂਹ ਨੰਬਰ ਜੀਜੂ ਨੂੰ ਦੇਤਾ ਤੁਹਾਨੂੰ ਭਾਜੀ ਚੰਗਾ ਭਲਾ ਪਤਾ ਜੀਜੂ ਨੂੰ ਤਾਂ ਦੀਦੀ ਨਹੀਂ ਤੰਗ ਕੀਤੀ ਆ ਕੰਮਾਂ ਵਿਚਾਰੀ ਤਾਂ ਫਿਰ ਬਗਾਨੀ ਧੀ ਕਿਸੇ ਦੀ ਨਾਲੇ ਜੀਜੂ ਅੱਗੇ ਉਹ ਸ਼ਾਇਰ ਬਣਿਆ ਪਿਆ ਤੁਹਾਨੂੰ ਦੱਸਾਂ ਮੈਂ ਕਿਹੜੇ ਮੈਸੇਜ ਭੇਜੇ ਫੋਨ 'ਤੇ ਮੈਂ ਸਕਰੀਨਸ਼ੋਟ ਲਏ ਹੋਏ ਆ ਅੱਛਾ ਬਣਾਉਣਾ ਤੁਹਾਨੂੰ ਮੈਂ ਇੱਕ ਮਿੰਟ ਸ਼ੇਰੋ ਸ਼ਾਇਰੀ ਕੀਤੀ ਹੋਈ ਆ ਹਾਥੀ ਰਾਜਾ ਬਹੁਤ ਬੜੇ ਸੂੰਡ ਹਿਲਾਤੇ ਕਹਾਂ ਚਲੇ ਮੇਰੇ ਘਰ ਆ ਜਾਓ ਨਾ ਹਲਵਾ ਪੂਰੀ ਖਾਓ ਨਾ ਆਓ ਬੈਠੋ ਕੁਰਸੀ ਪਰ ਕੁਰਸੀ ਕਰੇ ਚਟਰ ਪਟਰ ਚਟਰ ਪਟਰ ਹੁਣ ਮੈਨੂੰ ਇਹ ਸਮਝਾਓ ਚਟਰ ਪਟਰ ਦਾ ਕੀ ਮਤਲਬ ਹੋਇਆ ਮੇਰੀ ਗੱਲ ਸੁਣ ਦੂਜਾ
ਹਾਂਜੀ ਜਿੱਦਾਂ ਦੀ ਤੇਰੀ ਕੰਮੋ ਹੈ ਨਾ ਹਾਂਜੀ ਉਹਨੂੰ ਇੱਦਾਂ ਦੇ ਹੀ ਸ਼ੇਰ ਭੇਜਣੇ ਚਾਹੀਦੇ ਆ ਨਹੀਂ ਭਾਜੀ ਉਹ ਗੱਲ ਸਹੀ ਪਰ ਇਹ ਗੱਲ ਦਾ ਮੈਨੂੰ ਗੁੱਸਾ ਮੈਂ ਤੁਹਾਨੂੰ ਦੱਸਾਂ ਚੱਟਰ ਪੱਟਰ ਦਾ ਕੀ ਮਤਲਬ ਹੋਇਆ ਚਲੋ ਮਾਹੌਲ ਨੂੰ ਥੋੜ੍ਹਾ ਚੇਂਜ ਕਰੀਏ ਤੁਸੀਂ ਲਓ ਨਿੱਕੀ ਜੀ ਬ੍ਰੇਕ ਮੈਂ ਜੀਜੂ ਨੂੰ ਲੱਭ ਕੇ ਆਇਆ ਨਿੱਕੀ ਜੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਟਿੰਗ ਟੰਗ ਟਿੰਗ ਟੰਗ ਕਿਆ ਛੇ ਸੱਤ ਸਾਲ ਦੀ ਸੀ ਜਦੋਂ ਮੈਂ ਮਿਊਜ਼ਿਕ ਲਾਈਨ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਸਰ ਤਾਂ ਉਦੋਂ ਦੇ ਮਤਲਬ ਸਿਰਫ ਪਾਪਾ ਹੀ ਘਰ ਦੇ ਵਿੱਚ ਸਪੋਰਟ ਕਰਦੇ ਸੀ ਹੋਰ ਕੋਈ ਨਹੀਂ ਕਰਦੇ ਸੀ ਸੋ ਉਹਨਾਂ ਦੀ ਵਜ੍ਹਾ ਕਰਕੇ ਅੱਜ ਇਸ ਪਲੇਟਫਾਰਮ 'ਤੇ ਕਰੀ ਕੁੜੀਆਂ ਦੇ ਮੁੰਡਿਆਂ 'ਚ ਕਰੀ ਦਾ ਨਹੀਂ ਅੰਤਰ ਦਿੱਲੀ 'ਚ ਫੇਮਸ ਹੈ ਜੰਤਰ ਮੰਤਰ ਕਲਾ ਕਲੈਂਟਰ ਚੱਲ ਬੈਠਦਾ ਜਾ ਕੇ ਗੁਰਮੰਤਰ ਤੁਹਾਨੂੰ ਜੀਜੂ ਲੱਭਣ ਭੇਜਿਆ ਇੱਥੇ ਕਰਨ ਡੇ ਪੈਸੇ ਕੱਢ ਪੈਸੇ ਕੱਢ ਪੈਸੇ ਕੱਢ ਹੁਣ ਕੱਢ ਨਿਕਲੋ ਉੱਥੋਂ ਚਲ ਤੁਸੀਂ ਯਾਰ ਹਰੇਕ ਨਹੀਂ ਫਰੈਂਕ ਹੋਏ ਇਹਨੇ ਆਪਣੇ ਵਾਲੇ ਵੀਹ ਵੀ ਦੇ ਗਿਆ ਚਲੋ ਗੱਲ ਹੈ ਲਓ ਜੀ ਇੱਕ ਵਾਰੀ ਫਿਰ ਹੋਏਗੀ ਹਿਸਟਰੀ ਗ੍ਰੇਟ ਆ ਗਿਆ ਬੋਇਸ ਆਫ ਪੰਜਾਬ ਸੀਜ਼ਨ 8 ਅੱਛਾ ਭਾਅ ਜੀ ਆਪਾਂ ਹੁਣ ਉਹ ਕੰਮ ਕਰ ਲਈਏ ਜਿਹਦੇ ਨਾਲ ਸਾਨੂੰ ਸਾਹਿਲ ਅਤੇ ਗੁਰਜੀਤ ਭਾਈ ਦੀ ਯਾਦ ਆਉਂਦੀ ਹੈ ਮਿਸ ਕਰਦੇ ਜਿਹਦੇ ਨਾਲ ਹੈ ਨਾ ਜਿੱਦਾਂ ਮਰਜ਼ੀ ਆ ਬੰਦੇ ਕੰਮ ਵਧੀਆ ਕਰਦੇ ਸੀ ਆ ਵਾਲਾ ਚਲੋ ਆਪਾਂ ਵੀ ਸਿੱਖ ਲੈਣਾ ਹੌਲੀ ਹੌਲੀ ਕੋਈ ਗੱਲ ਨਹੀਂ ਹਾਂਜੀ ਟਾਈਟਲ ਸਪੋਂਸਰ ਨੇ KUV 100 ਕੋ ਪ੍ਰਜੈਂਟਡ ਬਾਏ ਕੋਲਗੇਟ ਵੇਦ ਸ਼ਕਤੀ ਵੇਦ ਔਰ ਵਿਗਿਆਨ ਕਾ ਪਰਫੈਕਟ ਸੰਗਮ ਗੋਦਰੇਜ ਈਜ਼ੀ ਲਿਕੁਇਡ ਡਿਟਰਜੈਂਟ ਪਾਵਰਡ ਬਾਏ ਫੇਅਰ ਐਂਡ ਲਵਲੀ ਐਡਵਾਂਸ ਮਲਟੀ ਵਿਟਾਮਿਨ ਐਸੋਸੀਏਟ ਸਪੋਂਸਰਸ ਵੈਦਿਆਨਾਥ ਮਹਾ ਬ੍ਰਿੰਗਰਾਜ ਤੇਲ ਅਸਲੀ ਆਯੁਰਵੇਦਾ ਬ੍ਰੋਡਵੇ ਇਮੀਗ੍ਰੇਸ਼ਨ ਸਰਵਿਸਿਜ਼ ਸਟਾਈਲ ਪਾਰਟਨਰ ਨੇ ਪੈਂਟਾਲੂਨਸ ਅਤੇ ਇਹਦੇ ਨਾਲ ਨਾਲ ਦੱਸ ਦਈਏ ਕਿ ਜਿਹੜਾ ਬਣੇਗਾ ਬੈਸਟ ਸਿੰਗਰ ਆਫ ਦਾ ਐਪੀਸੋਡ ਉਹਨੂੰ ਮਿਲੇਗਾ ਵੈਦਿਆਨਾਥ ਅਸਲੀ ਆਯੁਰਵੇਦਾ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ ਜ਼ੋਰਦਾਰ ਤਾੜੀਆਂ ਚਲੋ ਜੀ ਮੁਕਾਬਲੇ ਨੂੰ ਅੱਗੇ ਵਧਾਉਂਦੇ ਹਾਂ ਇੱਕ ਮਿੰਟ ਫੋਨ ਵੱਜ ਪਿਆ ਮੇਰਾ ਹੈਲੋ ਕੀ ਜੀਜੂ ਗਿਆ ਕਲਕੱਤੇ ਆਲਿਆਂ ਤੋਂ ਚੱਕ ਦੇਣੇ ਨੇ ਉਹਦੇ ਫਟੇ ਅਤੇ ਅਗਲਾ ਕਿੰਨੇ ਸੈੱਟ ਆ ਰਿਹਾ ਜੀ ਮੋਨਿਕਾ
ਕਿਆ ਬਾਤ ਹੈ, ਕਮਾਲ ਕਰਤੀ ਤੁਸੀਂ ਤੇ। ਤੇ ਬਾਕੀ ਜੱਜਿਸ ਤੋਂ ਪੁੱਛਦੇ ਆ। ਹਾਂਜੀ ਸਚਿਨ ਭਾਜੀ। ਮੋਨਿਕਾ, ਤੁਹਾਡਾ ਤਾਂ ਵਿਆਹ ਵੀ ਨਵਾਂ ਨਵਾਂ ਹੋਇਆ, ਕੁਝ ਤੁਸੀਂ ਕਹਿਣਾ ਚਾਹੋਗੇ ਇਸ ਮੰਚ ਦੇ ਜ਼ਰੀਏ ਆਪਣੇ ਪੇਰੈਂਟਸ ਨੂੰ? ਸਰ, ਕਿਉਂਕਿ ਪਾਪਾ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੈ ਮੇਰੀ, ਤੇ ਮੇਰੇ ਤੋਂ ਬੋਲਿਆ ਨਹੀਂ। ਪਲੀਜ਼, ਅਸੀਂ ਸੁਣਨਾ ਚਾਹੁੰਦੇ ਹਾਂ, ਤੁਸੀਂ ਪਲੀਜ਼ ਐਕਸਪ੍ਰੈਸ ਕਰੋ। ਸਰ, 6-7 ਸਾਲ ਦੀ ਸੀ ਜਦੋਂ ਮੈਂ ਮਿਊਜ਼ਿਕ ਲਾਈਨ ਦੇ ਵਿੱਚ ਮਤਲਬ ਗਾਉਣਾ ਸ਼ੁਰੂ ਕੀਤਾ ਸਰ ਮੈਂ, ਤਾਂ ਉਦੋਂ ਦੇ ਮਤਲਬ ਸਿਰਫ ਪਾਪਾ ਹੀ ਘਰ ਦੇ ਵਿੱਚ ਸਪੋਰਟ ਕਰਦੇ ਸੀ, ਹੋਰ ਕੋਈ ਨਹੀਂ ਕਰਦਾ ਸੀ। ਸੋ ਉਹਨਾਂ ਦੀ ਵਜ੍ਹਾ ਕਰਕੇ ਅੱਜ ਇਸ ਪਲੇਟਫਾਰਮ 'ਤੇ ਖੜੀ ਹਾਂ। ਉਹਨਾਂ ਦੇ ਕਰਕੇ ਤੁਸੀਂ ਇੱਥੇ ਖੜੇ ਹੋ ਜੀ ਸਰ, ਔਰ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਤੁਸੀਂ ਇੱਥੇ ਖੜੇ ਹੋ। ਥੈਂਕ ਯੂ ਸੋ ਮਚ। ਬਹੁਤ ਪਿਆਰਾ ਗਾਇਆ ਤੁਸੀਂ ਮੋਨਿਕਾ, ਬਹੁਤ ਹੀ ਪਿਆਰਾ ਗਾਇਆ। ਇਸ ਸ਼ੋਅ ਦੇ ਜ਼ਰੀਏ ਮੈਂ ਪਹਿਲਾਂ ਵੀ ਕਾਫੀ ਵਾਰੀ ਗੋਪੀਕਾ ਦੀ ਗੱਲ ਕੀਤੀ ਹੈ, ਮੇਰਾ ਬੱਚਾ, ਮੇਰੀ ਧੀ ਜਿਹੜੀ, ਅਤੇ ਕਾਫੀ ਸਾਰੇ ਲੋਕ ਉਹਨੂੰ ਇਸ ਸ਼ੋਅ ਦੇ ਜ਼ਰੀਏ ਵੀ ਜਾਣਦੇ ਨੇ। ਸੋ ਇਹ ਧੀ ਔਰ ਬਾਬਲ ਦਾ ਜਿਹੜਾ ਇੱਕ ਰਿਸ਼ਤਾ, ਬਹੁਤ ਕਮਾਲ ਦਾ ਰਿਸ਼ਤਾ। ਤੁਸੀਂ ਇਹ ਗੀਤ ਗਾ ਕੇ ਅੱਜ ਬਹੁਤ ਕਮਾਲ ਕੀਤੀ, ਬਹੁਤ ਸੋਹਣਾ ਗੀਤ। ਥੈਂਕ ਯੂ ਸੋ ਮਚ। ਹਾਂਜੀ ਪੂਜਾ ਜੀ। ਮੋਨਿਕਾ, ਮੈਂ ਤੁਹਾਡੇ ਨਾਲ ਰਿਲੇਟ ਕਰ ਸਕਦੀ ਹਾਂ, ਕਿਉਂਕਿ ਆਈ ਓ ਮਾਈ ਲਾਈਫ ਟੂ ਹਿਮ। ਮੈਂ ਜੋ ਕੁਛ ਵੀ ਹਾਂ ਆਪਣੇ ਪਾਪਾ ਕਰਕੇ ਹਾਂ। ਸੋ ਜੋ ਤੁਸੀਂ ਫੀਲ ਕਰ ਰਹੇ ਹੋ, ਆਈ ਕੈਨ ਫੀਲ ਇਟ। ਬਹੁਤ ਸੋਹਣਾ ਗਾਇਆ, ਬਹੁਤ ਪਿਆਰਾ ਫੀਲ ਤੁਸੀਂ ਸਾਡੇ ਦਿਲ ਤੱਕ ਪਹੁੰਚਾਇਆ। ਥੈਂਕ ਯੂ ਸੋ ਮਚ। ਨਿਸ਼ਾ ਜੀ, ਕਾਫੀ ਇਮੋਸ਼ਨਲ ਲੱਗ ਰਹੇ ਨੇ, ਤੁਸੀਂ ਕੀ ਕਹੋਗੇ ਮੋਨਿਕਾ ਦੀ ਪਰਫੋਰਮੈਂਸ ਬਾਰੇ? ਮੈਂ ਬਹੁਤ ਟਾਈਮ ਤੋਂ ਕੰਟਰੋਲ ਕਰ ਰਹੀ ਸੀ, ਪਰ ਮੋਨਿਕਾ ਤੁਸੀਂ ਮੈਨੂੰ ਰਵਾ ਤਾ। ਜਿੱਦਾਂ ਮੈਂ ਫਾਦਰ ਦੀ ਗੱਲ ਕਰਾਂ, ਮੇਰੇ ਫਾਦਰ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਪਰ ਕੁਛ ਕੁ ਸਾਲ ਪਹਿਲਾਂ ਮੈਂ ਉਹਦੇ ਬ੍ਰਦਰ ਨੂੰ ਖੋਇਆ। ਅਤੇ ਮੈਂ ਆਪਣੀ ਭਤੀਜੀ ਨੂੰ ਯਾਦ ਕਰ ਰਹੀ ਹਾਂ। ਨਿਸ਼ਾ ਜੀ, ਤੁਹਾਡੀਆਂ ਫੀਲਿੰਗਸ ਦੀ ਅਸੀਂ ਕਦਰ ਕਰਦੇ ਹਾਂ। ਅਤੇ ਕਰਮਜੀਤ ਜੀ, ਤੁਸੀਂ ਧੀਆਂ ਦਾ ਗੀਤ ਗਾਇਆ, ਔਰ ਸਿਆਣੇ ਕਹਿੰਦੇ ਜਿਸ ਘਰ ਦੇ ਵਿੱਚ ਧੀ ਹੁੰਦੀ ਹੈ, ਜਦੋਂ ਧੀ ਜੰਮਦੀ ਹੈ ਤਾਂ ਕਹਿੰਦੇ ਤੁਹਾਡੀ ਦੇਹਲੀ ਸੁੱਚੀ ਹੋ ਗਈ, ਦਹਿਲੀਜ਼ ਸੁੱਚੀ ਹੋ ਗਈ, ਯਾਨੀ ਘਰ ਵਿੱਚ ਪਵਿੱਤਰਤਾ ਆ ਜਾਂਦੀ ਹੈ। ਬਾਕੀ ਭੈਣੇ ਮੇਰੀ, ਤੂੰ ਮੇਰਾ ਖਿਆਲ ਤਾਜ਼ੀਆਂ ਤਾਜ਼ੀਆਂ ਗੁੱਡੀਆਂ ਪਟੋਲੇ ਛੱਡ ਕੇ ਆਈਆਂ, ਤੂੰ ਹੋਰ ਤਾਂ ਵੀ ਵਧੀਆ ਗਾਇਆ, ਸੱਜਿਆਂ ਦੀ ਬਸਦੀ ਰਹਿ। ਥੈਂਕ ਯੂ ਸੋ ਮਚ ਸਰ। ਥੈਂਕ ਯੂ। ਠੀਕ ਹੈ ਮੋਨਿਕਾ ਜੀ। ਸੋ ਚੱਲ ਰਿਹਾ ਜੀ ਬੋਇਸ ਆਫ ਪੰਜਾਬ ਸੀਜ਼ਨ 8 ਦਾ ਰਿਸ਼ਤੇ ਸਪੈਸ਼ਲ ਐਪੀਸੋਡ, ਅਤੇ ਅਗਲਾ ਕੰਟੈਸਟੈਂਟ ਜਿਹੜਾ ਇਸ ਕੜੀ ਨੂੰ ਅੱਗੇ ਤੁਰਨ ਆ ਰਿਹਾ ਉਹ ਹੈ ਜੀ ਗੁਰਮੰਤਰ।
मैं पहले ही माइक लेके तैयार बैठा। क्या बात है गुरमंत्र। हाँ जी भाजी, बहुत घट लोगों को पता है, जिन्होंने नहीं पता उन्होंने मैं दसदा कि रिश्ते दे विच करमजीत अनमोल भाजी होरां दे मामा जी लगते हैं मानक साहब। तो इन्हां दी जिंदगी दे विच इन्हां ने शुरुआत भी मानक साहब के गीतों तो ही की थी, और शायद जे मैं गलत नहीं तो यह गाना सी ना जी। दो लेना सुना दो फिर हो जाए। अच्छा, इस तो पहले सचिन भाजी को कमेंट लिए, मैं गुरमंत्र को पूछना चाहना कि यह भी काफ़ी इमोशनल लग रहा, जे कोई दिल च गल है तो शेयर करो साढ़े नाल। दिल च इमोशनल इसे करके सी, काफ़ी परफॉर्मेंस सब बहुत वधिया हुई, कुछ 21-22 साल का हो चुके हैं मैं, तो मैं कई बार अपनी माँ नूं कई वेले कोई ना उत्थे नहीं जाना, मैं चल जाना, वो गल्लां मन च आई जांदियां भी मैं गलत सीगा बहुत, तो मैं नैशनल टीवी है मैंने मुड़ के शायद मौका नहीं मिले, कभी भी नहीं मिलना, मैं माँ तो माफ़ी मंगनी जाना, बाकी गलती बोल चुके माफ़ी महाराज सारे में तंदुरुस्ती बख्शे। सचिन भाजी की कहोगे तुम गुरमंत्र? गुरमंत्र बहुत अच्छा गाया यार, मैनू बहुत मज़ा आया, बहुत जिदा का चाहिए सी, जिदा का इस गाने में सुर चाहिए सी, वो करेक्ट स्केल ते तुसी गाया, और जिन्ना गाया सुर च गाया, लास्ट च जाके थोड़ी जी गड़बड़ हुई सी, लेकिन इट्स ओके, कोई प्रॉब्लम, बहुत सोहना। तुहाडी एक खासियत है कि तुसी जिन्ना गाने हो ना, जेड़े सुर लाने हो वो टका के परफेक्ट लाने हो, ये पॉजिटिव पॉइंट है। मैं ना पहले दिन ही कह सका कि एक कंप्लीट आर्टिस्ट है, और जे एक आर्टिस्ट के अंदर इमोशनस भी ने ना, उन्होंने होर दुगना चौगना बनाते हैं। ये मुंडा सूरत का भी प्यार है, सीरत का भी प्यार है, सो परमात्मा तैनू हमेशा राजी रखे, इतनी गड के गाँव रहो, तुसी बहुत कमाल का गाया, बहुत सोहना गाया। उधर साढ़े म्यूजिशियन साहिबान भी सब इमोशनल हुए हुए है, किंदरी भाजी इमोशनल ने। निशा जी, ਜਦੋਂ ਤੁਹਾਡੀ ਗਾਇਕੀ ਦੇ ਵਿੱਚ ਉਹ ਗੱਲ ਹੋਵੇ ਕਿ ਤੁਸੀਂ ਕਿਸੇ ਨੂੰ ਰਵਾ ਸਕੋ, ਜਾਂ ਤੁਹਾਡੀ ਐਕਟਿੰਗ 'ਚ ਉਹ ਚੀਜ਼ ਹੋਵੇ ਤੁਸੀਂ ਕਿਸੇ ਨੂੰ ਹਸਾ ਸਕੋ, ਤਾਂ ਤੁਸੀਂ ਰੱਬ ਦੇ ਬਹੁਤ ਨੇੜੇ ਹੋ। ਤੁਹਾਡੀ ਜਿਹੜੀ ਗਾਇਕੀ ਹੈ ਬਹੁਤ ਜ਼ਿਆਦਾ ਵਧੀਆ, ਅਤੇ ਮੈਂ ਬਹੁਤ ਜ਼ਿਆਦਾ ਇੰਜੋਏ ਕਰ ਰਹੀ ਹਾਂ। ਹੋਰ ਜੇ ਮੈਂ ਜ਼ਿਆਦਾ ਗੱਲਾਂ ਕਰਨ ਲੱਗੀ, ਮੈਂ ਆਪਣੀ ਮੰਮੀ ਦੀਆਂ ਗੱਲਾਂ ਕਰਨ ਲੱਗੀ ਕਿ ਉਹਨਾਂ ਨੇ ਮੇਰੀ ਕਿਵੇਂ ਕੇਅਰ ਕੀਤੀ ਹੈ, ਤਾਂ ਮੈਂ ਬਹੁਤ ਜ਼ਿਆਦਾ ਰੋਣ ਲੱਗ ਜੂੰਗੀ। ਬਸ ਲਾਸਟ 'ਤੇ ਹੀ ਕਹੂੰਗੀ ਕਿ ਤੁਸੀਂ ਬਹੁਤ ਸੋਹਣਾ ਗਾਇਆ। ਥੈਂਕ ਯੂ। ਗੁਰਮੰਤਰ ਨੇ ਮਾਹੌਲ ਕਾਫੀ ਸੀਰੀਅਸ ਕਰਤਾ, ਅਤੇ ਥੋੜ੍ਹਾ ਜਿਹਾ ਚੇਂਜ ਕਰਨ ਲਈ ਜੇ ਤੁਹਾਡਾ ਸਾਥ ਹੋਵੇ, ਸਾਥ ਹੈ ਤਾਂ ਗੌਰ ਫਰਮਾਉਣਾ, ਕੁੜੀਆਂ ਅਤੇ ਮੁੰਡਿਆਂ 'ਚ ਕਰੀਦਾ ਨਹੀਂ ਅੰਤਰ, ਕੁੜੀਆਂ ਅਤੇ ਮੁੰਡਿਆਂ 'ਚ ਕਰੀਦਾ ਨਹੀਂ ਅੰਤਰ, ਦਿੱਲੀ 'ਚ ਫੇਮਸ ਹੈ ਜੰਤਰ ਮੰਤਰ ਕਲਾ ਕਲੈਂਟਰ। ਚੱਲ ਬੈਠ ਜਾ ਜਾ ਕੇ ਗੁਰਮੰਤਰ, ਚੱਲ ਚੱਲ ਚੱਲ। ਮਿਸਟਰ ਦੂਜਾ ਸਾਹਿਬ, ਮੈਂ ਨਾ ਤੁਹਾਡੇ ਤੋਂ ਗੱਲ ਪੁੱਛਣੀ ਸੀ ਇੱਕ। ਹਾਂਜੀ ਭਾਅ ਜੀ। ਮੈਨੂੰ ਤਾਂ ਪਤਾ ਲੱਗਿਆ ਤੁਸੀਂ ਹਿਮਾਚਲ ਦੇ ਟੂਰ ਤੋਂ, ਤੁਹਾਡਾ ਕੋਈ ਸ਼ੋਅ ਸੀ ਉੱਥੇ? ਕੀ ਯਾਦ ਕਰਾਤਾ ਜੀ ਭਾਅ ਜੀ, ਇੰਨਾ ਬੁਰਾ ਹੋਇਆ ਸੀ? ਨਹੀਂ ਬੁਰਾ ਬੋਏ ਕਿਆ ਬਾਤ, ਬੋਲਾ ਬੋਲਾ ਬੋਲਾ, ਆਪਾਂ ਪਹਿਲਾ ਗਾਣਾ ਗਾਇਆ ਹੀ ਹਾਲੇ। ਅੱਛਾ ਜੀ। ਭੀੜ ਕਿਤੇ ਉਮੜੀ। ਅੱਛਾ ਜੀ। ਤਾੜੀਆਂ ਭਾਅ ਜੀ, ਇੰਨੀਆਂ ਤਾੜੀਆਂ ਵੱਜੀਆਂ, ਲੋਕ ਸਟੇਜ 'ਤੇ ਆ ਗਏ, ਤਾੜੀਆਂ ਮਾਰਦੇ ਮਾਰਦੇ ਕਦੋਂ ਮੇਰਾ ਮੂੰਹ ਤਾੜੀਆਂ 'ਚ ਆ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ, ਇੱਧਰੋਂ ਤਾੜੀ ਉੱਧਰੋਂ ਤਾੜੀ ਪਿੱਛਿਓਂ ਤਾੜੀ ਅੱਗਿਓਂ ਤਾੜੀ, ਮਤਲਬ ਇਹ ਮਾਹੌਲ ਬਣਿਆ ਭਾਅ ਜੀ, ਲੋਕ ਜਿਹੜੇ ਘਰੋਂ ਨਿਕਲੇ ਸੀ ਨਾ ਸਬਜ਼ੀਆਂ ਲੈਣ,
ਟਮਾਟਰ ਟਮੂਟਰ ਉਹ ਵੀ ਦੇਖੇ ਦੇਖੋ ਨੇੜੇ ਤਾਂ ਆ ਨਹੀਂ ਹੋਣ ਡੇ ਦੂਰੋਂ ਹੀ ਮਾਰਨ ਡੇ ਲੈ ਜਾਓ ਭਾਜੀ ਟੈਂਪੂ ਭਰਤੇ ਉਹਨਾਂ ਨੇ ਸਬਜ਼ੀਆਂ ਦੇ ਮਤਲਬ ਕਿਆ ਹੀ ਬਾਤ ਹੈ ਅਤੇ ਦੋਸਤੋ ਜਦੋਂ ਤੱਕ ਮੈਂ ਆਪਣੇ ਇਹ ਜਿਹੜੇ ਸ਼ੋਅ ਲਾ ਕੇ ਆਇਆ ਮੈਂ ਉਹਨਾਂ ਦੇ ਮਲਮ ਪੱਟੀ ਕਰ ਲਾਂ ਜਰਕ ਅਤੇ ਤੁਸੀਂ ਲੈ ਲਓ ਨਿੱਕੀ ਜੀ ਬ੍ਰੇਕ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਹਾਏ ਸਰਵਣ ਵਰਗੇ ਪੁੱਤ ਜੰਮਣੇ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਇੰਨੀ ਗੱਲ ਮੈਂ ਆਖਣ ਤੋਂ ਵੀ ਰਹਿ ਨਹੀਂ ਸਕਦਾ ਰੋਮੀ ਜੀ ਅੱਜ ਤੁਸੀਂ ਆਪਣਾ ਰਿਕਾਰਡ ਹੀ ਤੋੜਿਆ ਬੇਸਿਕਲੀ ਇਹ ਕਹਿ ਰਹੇ ਨੇ ਕਿ ਤੁਸੀਂ ਆਪਣਾ ਰਿਕਾਰਡ ਤੋੜਿਆ ਮੈਂ ਸੌਰੀ ਤੁਹਾਨੂੰ ਫਸਟ ਟਾਈਮ ਹੀ ਸੁਣ ਰਹੀ ਹਾਂ ਦੋਸਤੋ ਹੁਣ ਟਾਈਮ ਹੈ ਰਿਜ਼ਲਟ ਦਾ ਅਤੇ ਰਿਜ਼ਲਟ ਲਈ ਅਸੀਂ ਬੁਲਾਉਂਦੇ ਆਪਣੇ ਕੰਟੈਸਟੈਂਟ ਨੂੰ ਵੈਸੇ ਤਾਂ ਅੱਜ ਸਾਰਿਆਂ ਨੇ ਆਪਣੇ ਵੱਲੋਂ ਬੈਸਟ ਕੀਤਾ ਵਧੀਆ ਕੋਸ਼ਿਸ਼ ਸੀ ਲੋ ਜੀ ਇੱਕ ਵਾਰੀ ਫੇਰ ਹੋਏਗੀ ਹਿਸਟਰੀ ਕ੍ਰੀਏਟ ਆ ਗਿਆ ਵੌਇਸ ਆਫ ਪੰਜਾਬ ਸੀਜ਼ਨ 8 ਸਾਡੇ ਟਾਈਟਲ ਸਪੌਂਸਰ ਨੇ KUV 100 co-presented by Colgate Base Shakti, Vedor, Vigyanka Perfect Sangam, Godrej Easy Liquid Detergent, powered by Fair and Lovely Advanced Multivitamin, Associate Sponsors, Vaidyanath Maha Bringraj Tel Asli Ayurveda, te Broadway Immigration Services. Te ide naal hi dass diye ki jehda banega Voice of Punjab Season 8 da winner, ohnu milega Broadway Immigration Services valon Dubai da 2 din da tour. ਅਤੇ ਉਹ ਨਾਲ ਲੈ ਕੇ ਵੀ ਜਾ ਸਕਦਾ ਕਿਸੇ ਨੂੰ ਕਿਆ ਵਾ ਸੋ ਮੁਕਾਬਲੇ ਨੂੰ ਅੱਗੇ ਵਧਾਉਂਦੇ ਹਾਂ ਗੌਰ ਫਰਮਾਣਾ ਸਚਿਨ ਭਾਜੀ ਦੇ ਘਰ ਲੱਗੀ ਹੈ ਮੇਡ ਸਚਿਨ ਭਾਜੀ ਦੇ ਘਰ ਲੱਗੀ ਹੈ ਮੇਡ ਪੇਪਰਾਂ 'ਚ ਕਈ ਵੇਲੇ ਪੈ ਜਾਂਦੀ ਹੈ ਰੇਡ ਅਤੇ ਜਿਹੜੇ ਮੁੰਡੇ ਕੋਲ ਪਰਚੀ ਫੜੀ ਗਈ ਸੀ ਉਹਦਾ ਨਾਮ ਸੀ ਸੋਮੀ ਅਤੇ ਅਗਲਾ ਆ ਰਿਹਾ ਰੋਮੀ 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 ਜਿਹੜੇ ਕੁੱਖ ਵਿੱਚ ਕਤਲ ਕਰਾਉਣ ਧੀਆਂ ਮਾਪੇ ਨਹੀਂ ਹੁੰਦੇ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਜਿਹੜੇ ਕੁੱਖ ਵਿੱਚ ਕਤਲ ਕਰਾਉਣ ਧੀਆਂ ਮਾਪੇ ਨਹੀਂ ਹੁੰਦੇ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਕਹਿਣ ਸਿਆਣੇ ਝੂਠ ਦੀਆਂ ਕਹਿਣ ਸਿਆਣੇ ਝੂਠ ਦੀਆਂ ਕੋਈ ਮਾਪਿਆਂ ਦੀ ਪੱਤ ਰੋਲਦੀਆਂ ਧੀਆਂ ਨਹੀਂ ਹੁੰਦੀਆਂ ਵੇ ਲੋਕੋ ਧੀਆਂ ਨਹੀਂ ਹੁੰਦੀਆਂ ਵੇ ਲੋਕੋ ਧੀਆਂ ਨਹੀਂ ਹੁੰਦੀਆਂ ਤੋਂ ਵੀ ਰਹਿ ਨਹੀਂ ਸਕਦਾ ਵੇ ਲੋਕੋ ਰਹਿ ਨਹੀਂ ਸਕਦਾ ਵੇ ਲੋਕੋ ਰਹਿ ਨਹੀਂ ਸਕਦਾ ਜਿਹੜੇ ਨੀਵਾਂ ਕਹਿੰਦੇ ਹੋਰਾਂ ਨੂੰ ਜਿਹੜੇ ਨੀਵਾਂ ਕਹਿੰਦੇ ਹੋਰਾਂ ਨੂੰ ਕਦੇ
ਮਾਪਿਆਂ ਦਾ ਉਹ ਪੁੱਤਰ ਨਹੀਂ ਹੁੰਦੇ ਵੇ ਲੋਕੋ, ਪੁੱਤਰ ਨਹੀਂ ਹੁੰਦੇ ਵੇ ਲੋਕੋ, ਪੁੱਤਰ ਨਹੀਂ ਹੁੰਦੇ ਵੇ ਲੋਕੋ, ਪੁੱਤਰ ਨਹੀਂ ਹੁੰਦੇ। ਕਿਆ ਬਾਤ ਹੈ ਰੋਮੀ ਜੀ, ਕੀ ਲੱਗਦਾ ਤੁਹਾਨੂੰ? ਹਾਂਜੀ ਸਚਿਨ ਭਾਅ ਜੀ, ਗਾਣਾ ਸਬਜੈਕਟ ਬਹੁਤ ਅੱਛਾ ਹੈ ਔਰ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਮੈਂ ਇਹ ਗੱਲ ਮੈਂਸ਼ਨ ਕੀਤੀ ਹੈ, ਅੱਜ ਫਿਰ ਉਹੀ ਗੱਲ ਮੈਂਸ਼ਨ ਕਰੂੰਗਾ, ਜੋ ਲੋਅਰ ਨੋਟਸ ਨੇ ਤੁਹਾਡੇ ਉੱਥੇ ਪ੍ਰੋਬਲਮ ਹੈ। ਜੋ ਤੁਹਾਡੇ ਲੋਅਰ ਨੋਟਸ ਨੇ, ਤੁਹਾਡਾ ਸੁਰ ਚੜ੍ਹਦਾ ਰਹਿੰਦਾ, ਉਹ ਤੁਹਾਡੀ ਟੈਂਡੈਂਸੀ ਹੈ, ਉਸ 'ਤੇ ਤੁਹਾਨੂੰ ਕੰਟਰੋਲ ਕਰਨਾ ਪੈਣਾ। ਜਿਹੜੀ ਤੁਹਾਡੀ ਕਮੀ ਹੈ, ਸਚਿਨ ਜੀ ਨੇ ਵੀ ਦੱਸਿਆ ਕਿ ਲੋਅਰ ਨੋਟਸ ਠੀਕ ਤਰ੍ਹਾਂ ਨਹੀਂ ਲੱਗ ਪਾਉਂਦੇ, ਉਹਦਾ ਖਰਚ ਦਾ ਰਿਆਜ਼, ਬੇਸ ਦਾ, ਸਾਹ ਦਾ ਰਿਆਜ਼ ਕਰੋ ਆਵਾਜ਼ ਭਰ ਕੇ, ਸੋ ਇਟ ਵਿਲ ਹੈਲਪ। ਹਾਂਜੀ ਰੋਸ਼ਨ ਭਾਅ ਜੀ, ਕਿੰਨੀ ਖੁਸ਼ੀ ਦੀ ਗੱਲ ਹੈ ਨਾ, ਕਿੰਨੇ ਸੋਹਣੇ ਸੋਹਣੇ ਗਾਣੇ ਸੁਣਨ ਨੂੰ ਮਿਲ ਰਹੇ, ਕਿੰਨੇ ਪਿਆਰੇ ਗਾਣੇ ਸੁਣਨ ਨੂੰ ਮਿਲ ਰਹੇ। ਇਹ ਖਾਸੀਅਤ ਹੈ ਇਸ ਸ਼ੋਅ ਦੀ, ਵੋਇਸ ਆਫ ਪੰਜਾਬ, ਜੋ ਚੰਗੇ ਗੀਤਾਂ ਨੂੰ ਪ੍ਰਮੋਟ ਕਰਦਾ ਆਲਵੇਜ਼। ਅਤੇ ਰੋਮੀ ਜੀ, ਅੱਜ ਤੁਸੀਂ ਆਪਣਾ ਰਿਕਾਰਡ ਹੀ ਤੋੜਿਆ ਬੇਸਿਕਲੀ। ਇਹ ਕਹਿ ਰਹੇ ਨੇ ਕਿ ਤੁਸੀਂ ਆਪਣਾ ਰਿਕਾਰਡ ਤੋੜਿਆ, ਮੈਂ ਸੋਰੀ ਤੁਹਾਨੂੰ ਫਸਟ ਟਾਈਮ ਹੀ ਸੁਣ ਰਹੀ ਹਾਂ, ਪਰ ਮੈਨੂੰ ਪਰਸਨਲੀ ਤੁਹਾਡੀ ਵੋਕਲ ਬਹੁਤ ਵਧੀਆ ਲੱਗੀ, ਅਤੇ ਹੋਰ ਜ਼ਿਆਦਾ ਮਿਹਨਤ ਕਰੋ ਜਿੱਦਾਂ ਪੂਜਾ ਜੀ ਨੇ ਤੁਹਾਨੂੰ ਦੱਸੀਆਂ। ਇਹ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਕਿ ਤੁਹਾਨੂੰ ਜੇ ਕੋਈ ਦੱਸੇ, ਇਹ ਚੀਜ਼ਾਂ ਦੀ ਕਮੀ ਰਹਿ ਜਾਂਦੀ ਹੈ, ਉਹਦੇ ਕਰਕੇ ਆਪਾਂ ਪਿੱਛੇ ਰਹਿ ਜਾਂਦੇ ਹਾਂ। ਇਹਨਾਂ ਗੱਲਾਂ ਨੂੰ ਬਸ ਧਿਆਨ 'ਚ ਰੱਖੋ, ਹੋਰ ਮਿਹਨਤ ਕਰੋ। ਗੁੱਡ ਲੱਕ ਜੀ। ਥੈਂਕ ਯੂ ਮੈਮ। ਥੈਂਕ ਯੂ ਨਿਸ਼ਾ ਜੀ। ਹਾਂਜੀ ਕਰਮਜੀਤ ਭਾਅ ਜੀ, ਬਈ ਮੈਨੂੰ ਤਾਂ ਬਹੁਤ ਸਵਾਦ ਆਇਆ, ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇਰੀ ਆਵਾਜ਼। ਬਾਕੀ ਜਿਹੜੀਆਂ ਜੱਜਸ ਨੇ ਤਾਂ ਕਮੀਆਂ ਕੱਢੀਆਂ, ਉਹ ਜ਼ਰੂਰ ਧਿਆਨ ਦੇਣੀਆਂ, ਪਰ ਮੈਂ ਪਰਸਨਲੀ ਕਹਾਂ ਤਾਂ ਮੈਨੂੰ ਬਹੁਤ ਵਧੀਆ ਆਵਾਜ਼ ਲੱਗੀ ਔਰ ਬਹੁਤ ਵਧੀਆ ਸਬਜੈਕਟ ਹੈ। ਅੱਜ ਕੱਲ੍ਹ ਧੀਆਂ ਨੂੰ ਕੁੱਖਾਂ ਦੇ ਵਿੱਚ ਹੀ ਕਤਲ ਕਰਾਇਆ ਜਾਂਦਾ, ਕੁਛ ਕਾਰਨ ਵੀ ਨੇ ਕਿ ਸਾਡੇ ਕੁਛ ਕਿਸੇ, ਚਾਹੇ ਗੱਲ ਤਿੱਖੀ ਹੈ ਉਹ ਕਿਸੇ ਦੇ ਹੱਡ ਗੋਡੇ ਲੱਗੇ। ਔਰ ਤੁਸੀਂ ਵੀ ਅੱਗੇ ਵਿਆਹ ਕਰਵਾਉਣੇ ਨੇ ਤਾਂ ਪਲੀਜ਼ ਕਦੇ ਵੀ ਦਾਜ ਵਰਗੀ ਚੀਜ਼ ਤੋਂ ਬੰਦੇ ਨੇੜੇ ਬਣਾ ਜਾਇਓ, ਆਪਣੀ ਮਿਹਨਤ, ਜਿਹੜਾ ਬੰਦਾ ਆਪਣੇ ਜਾਂ ਰੱਬ ਦੇ ਦਿੱਤੇ 'ਤੇ ਨਿਰਾਜਦਾ, ਉਹ ਕਿਸੇ ਦੇ ਦਿੱਤੇ 'ਤੇ ਕਦੇ ਨਹੀਂ ਰੱਖੇ। ਬਹੁਤ ਵਧੀਆ ਲੱਗਿਆ ਮੈਨੂੰ, ਥੈਂਕ ਯੂ। ਥੈਂਕ ਯੂ ਸਰ। ਸੋ ਰੋਮੀ ਜੀ, ਵੇਟ ਕਰੋ ਰਿਜ਼ਲਟ ਦੀ, ਬੈਸਟ ਆਫ ਲੱਕ। ਥੈਂਕ ਯੂ ਸਰ। ਸੋ ਜੱਜਿਸ, ਅਗਲਾ ਕੰਟੈਸਟੈਂਟ ਜਿਹੜਾ ਆ ਰਿਹਾ, ਉਹਨੂੰ ਵੀ ਨਵੇਂ ਤਰੀਕੇ ਨਾਲ ਬੁਲਾਵਾਂਗੇ। ਇਹਦਾ ਵੱਖਰਾ ਹੈ ਨਖਰਾ, ਵੱਖਰਾ ਹੈ ਨਖਰਾ ਅਤੇ ਵੱਖਰੀ ਹੈ ਟੋਰ। ਜੀਜਾ ਜੀ ਗੌਰ ਫਰਮਾ ਕੇ, ਸਹੀ ਸਹੀ ਹੈ ਟੋਰ। ਹਾਂਜੀ, ਵੱਖਰੀ ਹੈ ਟੋਰ, ਆ ਰਹੀ ਹੈ ਗੁਰਮਨ ਕੌਰ। ਨਾਲ ਫੋਨੀ ਮਾਏ ਆਵਾ ਤਾਂ ਮੈਂ ਆਵਾਂ।
ਕੀ ਬਾਤ ਹੈ। ਹਾਂਜੀ ਸਚਿਨ ਭਾਅ ਜੀ, ਕਿੱਦਾਂ ਦਾ ਗਾਇਆ ਗੁਰਮਨ ਕੌਰ ਨੇ? ਗੁਰਮਨ ਨਹੀਂ, ਗੱਲ ਬਣੀ, ਪੂਰਾ ਗਾਣਾ ਸੁਰ ਤੋਂ ਬਾਹਰ ਸੀ, ਚੜਿਆ ਹੋਇਆ ਸੀ ਸੁਰ ਤੋਂ। ਗੁਰਮਨ, ਤੁਹਾਡੀ ਟੋਨ ਬਹੁਤ ਪਿਆਰੀ ਹੈ। ਥੈਂਕ ਯੂ ਮੈਮ। ਬਹੁਤ ਕਹਿ ਸਕਦੇ ਹਾਂ ਵੱਖਰੀ ਵੀ ਹੈ, ਬਹੁਤ ਫੋਕਿਸ਼ ਟੋਨ ਹੈ। ਅਤੇ ਜੇ ਤੁਸੀਂ ਆਪਣੇ ਰਿਆਜ਼ ਕਰੋ, ਥੋੜ੍ਹਾ ਸੁਰ 'ਤੇ ਧਿਆਨ ਦਿਓ, ਤਾਂ ਬਹੁਤ ਸੋਹਣਾ, ਇਸ ਨਾਲੋਂ ਕਾਫੀ ਬੈਟਰ ਗਾ ਸਕਦੇ ਹੋ। ਥੈਂਕ ਯੂ ਪੂਜਾ ਜੀ। ਹਾਂਜੀ ਰੋਸ਼ਨ ਭਾਅ ਜੀ। ਛੋਟੀ ਭੈਣ, ਜਿਹੜੀ ਗੱਲਬਾਤ ਹੁੰਦੀ ਹੈ ਨਾ, ਉਹ ਸ਼ੁਰੂਆਤ ਤੋਂ ਹੀ ਹੁੰਦੀ ਹੈ। ਜਦੋਂ ਤੁਸੀਂ ਸੁਰ ਸੁਣਦੇ ਹਾਂ, ਉਹਨੂੰ ਆਪਣੇ ਦਿਮਾਗ 'ਚ ਰਚਾਉਂਦੇ ਹਾਂ, ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੇ ਤੁਸੀਂ ਬਿਨਾਂ ਸੁਣੇ ਇੱਕਦਮ ਸ਼ੁਰੂ ਹੋ ਜਾਓਗੇ ਤਾਂ ਇਹੀ ਹਾਲ ਹੋਏਗਾ। ਗੱਲ ਵੀ ਸੀ ਵੀ ਸ਼ੁਰੂਆਤ ਗਲਤ ਹੋ ਗਈ, ਉਹਦੇ ਨਾਲ ਹੀ ਸਾਰਾ ਸੁਰ ਚੜਿਆ ਗਿਆ। ਕੋਈ ਗੱਲ ਨਹੀਂ, ਆਪਾਂ ਹੋਰ ਮਿਹਨਤ ਕਰਨੀ ਅੱਗੇ ਤੋਂ, ਠੀਕ ਹੈ? ਥੈਂਕ ਯੂ ਭਾਅ ਜੀ। ਹਾਂਜੀ ਨਿਸ਼ਾ ਜੀ, ਤੁਸੀਂ ਬਹੁਤ ਵਧੀਆ ਪਰਫੋਰਮ ਕੀਤਾ ਅਤੇ ਆਪਣਾ ਮਨ ਛੋਟਾ ਨਹੀਂ ਕਰਨਾ, ਨੈਕਸਟ ਟਾਈਮ ਹੋਰ ਜ਼ਿਆਦਾ ਮਿਹਨਤ ਕਰਨੀ ਹੈ ਅਤੇ ਬਹੁਤ ਵਧੀਆ ਪਰਫੋਰਮ ਕਰਨਾ। ਮਿਹਨਤ ਕਰਦੇ ਜਾਓ, ਇੱਦਾਂ ਹੀ ਅੱਗੇ ਵੱਧਦੇ ਜਾਓ। ਬਹੁਤ ਵਧੀਆ ਪਲੇਟਫਾਰਮ ਹੈ ਇਹ, ਔਰ ਤੁਸੀਂ ਕਿਸਮਤ ਵਾਲੇ ਹੋ, ਤੁਹਾਨੂੰ ਇੱਦਾਂ ਦਾ ਪਲੇਟਫਾਰਮ ਮਿਲਿਆ, ਔਰ ਹੋਰ ਮਿਹਨਤ ਕਰੋਗੇ ਤਾਂ ਹੋਰ ਅੱਗੇ ਜਾਓਗੇ। ਗੋਡ ਬਲੈਸ ਯੂ। ਥੈਂਕ ਯੂ ਸਰ। ਸੋ ਥੈਂਕ ਯੂ ਗੁਰਮਨ। ਲਓ ਜੀ, ਸਾਰਿਆਂ ਦੀ ਪਰਫੋਰਮੈਂਸ ਹੋ ਚੁੱਕੀ ਹੈ ਅਤੇ ਹੁਣ ਵੇਲਾ ਰਿਜ਼ਲਟ ਦਾ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਨਿੱਕੀ ਜੀ ਬ੍ਰੇਕ, ਅਤੇ ਇੱਕ ਸਰਪ੍ਰਾਈਜ਼ ਵੀ ਬਾਕੀ ਵਾਲੇ, ਪਰ ਉਹ ਸਾਰਾ ਕੁਝ ਦੱਸਾਂਗੇ ਬ੍ਰੇਕ ਤੋਂ। ਇੱਕ ਮਿੰਟ ਅਲੱਗ ਤਰੀਕੇ ਨਾਲ। ਫੂਲੋ ਮੇ ਬਹਾਰ ਹੈ, ਹੈ ਫੂਲੋ ਮੇ ਬਾ, ਇੱਕ ਮਿੰਟ ਫੋਨ ਵੱਜ ਪਿਆ। ਫੂਲੋ ਮੇ ਬਹਾਰ ਹੈ, ਹੈਲੋ, ਕੀ ਜੀਜੂ ਘੇਰ ਲਿਆ ਬਾਹਰ ਹੈ? ਜੀਜੂ ਜੀ ਤਾਂ ਮੈਂ ਪੜ੍ਹਦੇ ਹਾਂ ਕਾਇਆ, ਤੂੰ ਉਹਨੂੰ ਘੇਰ ਕੇ ਰੱਖ, ਮੈਂ ਹੁਣੀ ਆਇਆ। ਸੋ ਦੋਸਤੋ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ, ਤੁਸੀਂ ਲਓ ਨਿੱਕੀ ਜੀ ਬ੍ਰੇਕ। ਜਿਨ੍ਹਾਂ ਦੇ ਗਾਣਿਆਂ 'ਚ ਅੱਜ ਥੋੜ੍ਹੀ ਥੋੜ੍ਹੀ ਜਿਹੀ ਕਮੀ ਰਹਿ ਗਈ, ਉਸ 'ਚ ਪਹਿਲਾ ਨਾਮ ਹੈ। ਦੂਸਰਾ ਕੰਟੈਸਟੈਂਟ ਜਿਹੜਾ ਡੇਂਜਰ ਜ਼ੋਨ 'ਚ ਜਾ ਰਿਹਾ, ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ। ਇੱਕ ਵਾਰੀ ਫਿਰ ਹੋਏਗੀ ਹਿਸਟਰੀ ਕ੍ਰੀਏਟ, ਆ ਗਿਆ ਬੋਇਸ ਆਫ ਪੰਜਾਬ ਸੀਜ਼ਨ 8। ਸਾਡੇ ਟਾਈਟਲ ਸਪੋਂਸਰ ਨੇ KUV 100, ਕੋ ਪ੍ਰੈਜੈਂਟਡ ਬਾਏ ਕੋਲਗੇਟ ਵੇਦ ਸ਼ਕਤੀ, ਵੇਦ ਔਰ ਵਿਗਿਆਨ ਕਾ ਪਰਫੈਕਟ ਸੰਗਮ, ਗੋਦਰੇਜ ਈਜ਼ੀ ਲਿਕੁਇਡ ਡਿਟਰਜੈਂਟ, ਪਾਵਰਡ ਬਾਏ ਫੇਅਰ ਐਂਡ ਲਵਲੀ ਐਡਵਾਂਸਡ ਮਲਟੀ ਵਿਟਾਮਿਨ, ਐਂਕਰ ਐਂਡ ਜਜਿਸ ਬੋਰਡਰੋਬ ਬਾਏ ਸਿਜਲਰਸ ਐਂਡ ਜਹਾਂਪਨਾ, ਪੂਜਾ ਜੀ ਬੋਰਡਰੋਬ ਬਾਏ ਬਾਨੀ ਖੁਰਾਨਾ ਦਿੱਲੀ, ਮੇਲ ਕੰਟੈਸਟੈਂਟ ਬੋਰਡਰੋਬ ਬਾਏ ਸਿਜਲਰਸ ਜਹਾਂਪਨਾ ਆਸ਼ੀਰਵਾਦ ਬਸਤਰ ਕਲੋਦਿੰਗ। ਸਾਡੇ ਅੱਜ ਦੇ ਸੁਰੀਲੇ ਗਾ ਚੁੱਕੇ ਨੇ ਆਪਣੇ ਗਾਣੇ ਅਤੇ ਹੁਣ ਵੇਟ ਕਰ ਰਹੇ ਨੇ ਰਿਜ਼ਲਟ ਦੀ। ਪਰ ਬ੍ਰੇਕ ਤੋਂ ਪਹਿਲਾਂ ਮੈਂ ਕਿਹਾ ਸੀ ਇੱਕ ਸਰਪ੍ਰਾਈਜ਼, ਅਤੇ ਸਰਪ੍ਰਾਈਜ਼ ਇਹ ਹੈ ਕਿ ਮੈਂ ਰਿਕੁਐਸਟ ਕਰੂੰਗਾ ਨਿਸ਼ਾ ਜੀ ਨੂੰ ਕਿ ਪਲੀਜ਼ ਸਟੇਜ 'ਤੇ ਆ ਕੇ ਸਾਡੇ ਇਸ ਮਾਹੌਲ ਨੂੰ ਥੋੜ੍ਹਾ ਜਿਹਾ ਲਾਈਟ ਕਰ ਦੇਣ। ਬਿਲਕੁਲ ਜੀ, ਤੁਸੀਂ ਕਿਹਾ, ਮੈਂ ਜ਼ਰੂਰ ਆ ਰਹੀ ਹਾਂ, ਅਸੀਂ ਲਾਵਾਂ ਫੇਰੇ ਦੀ ਪ੍ਰਮੋਸ਼ਨ ਕਰਨ ਆਏ ਹਾਂ ਅਤੇ ਇਸੇ ਖੁਸ਼ੀ ਦੇ ਵਿੱਚ ਚਲੋ ਜੀ ਮੈਂ ਆ ਰਹੀ ਹਾਂ ਪਰਫੋਰਮ ਕਰਨ ਲਈ। ਲਓ ਜੀ, ਤਾੜੀਆਂ ਵੀ ਜ਼ੋਰਦਾਰ। ਬੁੱਟੀਆਂ ਕੜਾਈਆਂ ਸਿਰੇ ਦੀ ਬੁਟੀਕ ਤੋਂ, ਰੰਗ ਚੂਜ਼ ਕੀਤੇ ਹੱਟ ਕੇ ਜਲੀਕ ਤੋਂ, ਕਿ
थैंक यू सो मच जजिस, तुसी सारे आए ते मेरे इस गाने नू खास बनाया, ते गुड लक जी तुहानू सारयां नू। मूवी आ रही है जी लावा फेरे, सारे जने अपनी फैमिली नाल जायो, जरूर वेख के आयो, ते एक बार नहीं दो तीन बारी जायो। मैं एक एक गल पूछनी है, मैं जिदा आ साडे दीदी जी नू तां जीजू जी बहुत तंग करदे ने, तुहानू तां नहीं जीजू तंग करदे? आपा करन ही नहीं दईदा, आपा जीजू जी नू आप बहुत तंग करदे। दीदी सिखो कुछ। थैंक यू जी। थैंक यू। दोस्तों हुण टाइम है रिजल्ट दा, ते रिजल्ट लई असीं बुलाउने अपने कंटेस्टेंट नू। सो जजिस, सब तो पहला तुसीं इह दसो कि कौन है बेस्ट सिंगर ऑफ द एपीसोड, जिन्हों मिलेगा वैद्यनाथ असली आयुर्वेदा वालों शानदार गिफ्ट एम्पर। वैसे तो अज सारिया ने अपने वालों बेस्ट किया, वधिया कोशिश सी। पर ये इनाम जा रहा जी मोनिका नू। तो मोनिका जी नू बहुत बहुत मुबारक। मैं रिक्वेस्ट करूँगा निशा जी नू और करमजीत भाजी, प्लीज़ तुसी दोनों ऑनर करो जी। सचिन भाजी, बाकी दे सत्तां दे विचों ਕਿਹੜੇ ਨੇ ਸੇਫ ਅਤੇ ਕਿਹੜੇ ਜਾ ਰਹੇ ਨੇ ਡੇਂਜਰ ਜ਼ੋਨ 'ਚ? ਗਾਇਆ ਸਾਰਿਆਂ ਨੇ ਅੱਜ ਠੀਕ ਸੀ, ਬਹੁਤ ਜ਼ਿਆਦਾ ਖਰਾਬ ਤਾਂ ਨਹੀਂ ਗਾਇਆ ਕਿਸੇ ਨੇ ਵੀ, ਲੇਕਿਨ ਸਾਡੇ ਸ਼ੋਅ ਦਾ ਫਾਰਮੈਟ ਹੈ ਔਰ ਠੀਕ ਹੈ, ਸਿੰਗਿੰਗ 'ਚ ਕਿਤੇ ਥੋੜ੍ਹੀ ਥੋੜ੍ਹੀ ਕਮੀ ਰਹਿ ਜਾਂਦੀ ਹੈ। ਸੋ ਜਿਨ੍ਹਾਂ ਦੇ ਗਾਣਿਆਂ 'ਚ ਅੱਜ ਥੋੜ੍ਹੀ ਥੋੜ੍ਹੀ ਜਿਹੀ ਕਮੀ ਰਹਿ ਗਈ, ਉਸ 'ਚ ਪਹਿਲਾ ਨਾਮ ਹੈ ਜਸਵੰਤ। ਪੂਜਾ ਜੀ, दूसरा कंटेस्टेंट जेड़ा डेंजर जोन च जा रहा है वो है रोमी। रोशन भाजी, तीसरा नाम जेड़ा डेंजर जोन वास्ते कंटेस्टेंट वो है जी गुरमन कौर। ਜਿਹੜੇ ਸੇਫ ਹੋਏ ਨੇ ਉਹ ਆਪਣੇ ਲਈ ਇੱਕ ਵਾਰ ਤਾੜੀ ਮਾਰ ਲੈਣ, ਅਤੇ ਜਿਹੜੇ ਪਹੁੰਚੇ ਨੇ ਡੇਂਜਰ ਜ਼ੋਨ 'ਚ ਉਹਨਾਂ ਨੂੰ ਇੱਕ ਮੌਕਾ ਹੋਰ ਮਿਲੇਗਾ। ਸੋ ਟੈਨਸ਼ਨ ਨਹੀਂ ਲੈਣੀ, ਤਿਆਰੀ ਖਿੱਚ ਕੇ ਕਰਨੀ ਹੈ। ਸੋ ਪਲੀਜ਼ ਬੈਠੋ। ਸੋ ਮੈਂ ਨਿਸ਼ਾ ਬਾਨੋ ਜੀ ਅਤੇ ਕਰਮਜੀਤ ਭਾਈ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਉਹ ਇਸ ਮੰਚ 'ਤੇ ਆਏ, ਅਤੇ ਇੱਕ ਵਾਰੀ ਤਾੜੀ ਮਾਰ ਦਿਓ ਪਲੀਜ਼। ਅਤੇ ਤੁਹਾਨੂੰ ਬੈਸਟ ਆਫ ਲੱਕ ਤੁਹਾਡੀ ਮੂਵੀ ਲਈ ਲਾਵਾਂ ਫੇਰੇ ਲਈ। ਦੇਖੋ ਜੀ, ਝੰਡੇ ਕਰ ਦੇਣੇ, ਮੈਂ ਤੁਹਾਨੂੰ ਦੱਸਾਂ ਸਗਨ ਇੰਨਾ ਇਕੱਠਾ ਹੋਣਾ ਨਾ ਗਿਣਿਆ ਨਹੀਂ ਜਾਣਾ। ਚਲੋ ਜੀ, ਹੁਣ ਟਾਈਮ ਹੋ ਗਿਆ ਤੁਹਾਨੂੰ ਬਾਏ ਬਾਏ। ਨਹੀਂ ਇੱਦਾਂ ਨਹੀਂ ਭਾਅ ਜੀ, ਜੇ ਐਂਟਰੀ ਸਟਾਈਲ ਨਾ ਕੀਤੀ ਸੀ ਅਤੇ ਐਗਜ਼ਿਟ ਜਿਹੜੀ ਨਾ ਸਟਾਈਲ ਨਾ ਹੋਏਗੀ। ਬਜਾਓ ਬਾਈ।